ਦਿਲ ਵਿੱਚ ਖਵਾਹਿਸ਼ ਤਾਂ ਹੈਗੀ ਸੀ, ਖੇਡਣ ਖੇਡਦੇ ਚੰਗਾ ਸੀ, ਪਾਕਿਸਤਾਨ ਦਾ ਨਾਂ ਰੋਸ਼ਨ ਹੁੰਦਾ ਜੀ, ਪਰ ਨਹੀਂ ਖੇਡਿਆ ਗਿਆ ਜੀ, ਨਹੀਂ ਸੀ ਮੁਕੱਦਰਾਂ 'ਚ ਹੈਗਾ ਜੀ। ਮਸਲਾ ਨਹੀਂ ਸੀ, ਕੋਈ ਇਸ਼ੂ ਨਹੀਂ ਸੀ। ਮੈਨੂੰ ਬੜੇ ਲੋਕਾਂ ਨੇ ਕਿਹਾ, ਪੁੱਛਿਆ ਜੀ ਤੈਨੂੰ ਤੇਰੇ ਪਾਰਟੀਆਂ ਨਾਲ ਸੱਦ ਲਿਆ, ਤੈਨੂੰ ਇੰਝ ਕੀਤਾ, ਤੈਨੂੰ ਉੱਥੋਂ ਕਿਸੇ ਨੇ ਕੱਢਤਾ। ਉਹ ਆਉਂਦੇ ਸੀ ਟ੍ਰੇਨਿੰਗ ਕਰ ਜੀ, ਉਹ ਦੱਬ ਕੇ ਮਾਰਦੇ ਸੀ, ਅਤੇ ਮੈਂ ਉਹਦਾ ਕਰਕੇ ਨਾ ਫਿਰ ਛੱਡ ਕੇ ਆ ਗਿਆ। ਮੈਂ ਜੀ ਮੇਰੇ ਕੋਲ ਨਹੀਂ ਹੁੰਦੀ, ਉਹਨੇ ਕਿਹਾ ਨਹੀਂ ਹੁੰਦੀ, ਫਿਰ ਆਪਣਾ ਚੋਕਲਾ ਚੁੱਲ੍ਹੇ ਮੇਸਾ ਘਰ ਚੱਲ ਜਾ। ਮੈਂ ਠੀਕ ਹੈ ਜੀ। ਚੈੱਕ ਕਰਾ, ਉਹਨੇ ਕਿਹਾ ਤੇਰਾ ਪੱਠਾ ਟੁੱਟਾ ਜੀ। ਉਸ ਟਾਈਮ ਹਾਜ਼ਰ ਮੌਕਾ ਪਰ ਜੀ ਬੜੀ ਪਰੇਸ਼ਾਨੀ ਆਈ ਸੀ, ਬੜੀ ਟੈਨਸ਼ਨ ਲੱਗੀ ਸੀ ਯਾਰ, ਆਹ ਕੀ ਮਸਲਾ ਬਣ ਗਿਆ, ਇਹ ਤਾਂ ਬੜੀ ਲੰਮੀ ਸੱਟ ਲੱਗ ਗਈ। ਜਦੋਂ ਬੰਦੇ ਦੇ ਸੱਟ ਲੱਗਦੀ, ਜਦੋਂ ਕੋਈ ਇੰਜਰੀ ਹੁੰਦੀ ਆ, ਬਹੁਤ ਘੱਟ ਪੁੱਛਦੀ ਆਵਾਮ ਜੀ, ਸਿਰਫ ਚੱਲਦੀ ਆ ਨਾ ਗੱਡੀ ਆ, ਜਿਹਨੇ ਕਿ ਨੰਬਰ ਲੈਂਦੇ ਉਹਨਾਂ 'ਚ ਹਰ ਬੰਦਾ ਪੁੱਛਦਾ ਜੀ। ਜਿੰਨਾ ਨਾ ਸਮਝ ਆਉਂਦੀ ਹੋਵੇ, ਬੰਦੇ ਦੀ ਅਕਲ ਹੈ, ਪਾਗਲ ਹੋਈ ਹੋਵੇ, ਘੁੰਮੀ ਹੋਵੇ, ਤਾਂ ਬੰਦੇ ਦੇ ਗੱਲ ਹੀ ਦਿਮਾਗ 'ਚ ਇੱਦਾਂ ਦੀ ਪਾ ਦਿੰਦਾ ਜੀ, ਅਤੇ ਬੰਦਾ ਆਟੋਮੈਟਿਕ ਬੰਦੇ ਨੂੰ ਪਤਾ ਲੱਗਣ ਲੱਗ ਪੈਂਦਾ, ਯਾਰ ਮੈਂ ਨਾ ਇੱਥੋਂ ਬੰਦਿਆਂ 'ਚ ਫੜ ਲੈਣਾ ਜੀ। ਹਰ ਬੰਦਾ ਹੀ ਕਰਦਾ, ਜਿੰਨੇ ਵੀ ਉਹਨਾਂ ਨੇ ਕੋਈ ਕਹਦੇ ਜੀ ਮੈਂ ਨਹੀਂ ਕੀਤੀ, ਜਾਂ ਮੈਂ ਜਾਂ ਗੋਲੀ ਨਹੀਂ ਖਾਦਾ, ਜਾਂ ਮੈਂ ਟੀਕਾ ਨਹੀਂ ਲਾਉਂਦਾ, ਜਾਂ ਮੈਂ ਇੰਜ ਨਹੀਂ ਕਰਦਾ, ਹਰ ਬੰਦਾ ਭਾਅ ਜੀ ਜਿੰਨੀ ਕਿਸੇ ਕੋਲ ਹੁੰਦੀ ਹਰ ਬੰਦਾ ਹੀ ਕਰਦਾ ਜੀ। ਮੈਂ ਉਹਨਾਂ ਵਿੱਚ ਝੂਠ ਮਾਰਦਾ ਬਹਿ ਕੇ, ਮੈਂ ਨਹੀਂ ਕਰਦਾ ਜੀ। ਇੱਕ ਅੱਛਾ ਆਵਾਮ ਮਗਰੋਂ ਪਾਉਂਦੀ ਆ, ਇਹਨਾਂ ਦਾ ਧਿਆਨ ਪਹਿਲੇ ਇਸ ਕੰਮ ਵੱਲ ਹੁੰਦਾ ਜੀ, ਅਤੇ ਯਾਰ ਸਭ ਤੋਂ ਪਹਿਲੇ ਤਾਂ ਸਾਨੂੰ ਨਾ ਆਸ਼ਾ ਲੱਗ ਜਾਵੇ, ਨਾ ਸਾਨੂੰ ਆਸ਼ਾ ਮਿਲ ਜਾਵੇ, ਨਾ ਐਸ਼ਾ ਤੋਂ ਭਾਅ ਜੀ ਹਟ ਕੇ ਚਾਹੀਦਾ ਕਬੱਡੀ ਖੇਡਣੀ ਜੀ। ਫਲ ਟੁੱਟਦਾ ਹੈ ਪੱਕ ਕੇ, ਅਸੀਂ ਥੱਕ ਕੇ ਟੁੱਟੇ ਹਾਂ, ਸਾਨੂੰ ਦੱਬਿਆ ਬਹੁਤ ਸੀ ਦੁਨੀਆ ਨੇ, ਹੁਣ ਗਹਿਰਾਈਆਂ ਵਿੱਚੋਂ ਉੱਠੇ ਹਾਂ, ਹੁਣ ਹਰ ਕੋਈ ਦੁੱਖ ਅਸੀਂ ਹੱਸ ਹੱਸ ਕੇ ਸਹਿਣਾ ਸਿੱਖ ਲਿਆ। ਉਹ ਸਾਡਾ ਫਿਕਰ ਕਰੀ ਨਾ ਯਾਰਾ ਹੋਏ, ਅਸੀਂ ਇਕੱਲੇ ਰਹਿਣਾ ਸਿੱਖ ਲਿਆ, ਸਾਡਾ ਫਿਕਰ ਕਰੀ ਨਾ ਯਾਰਾ ਹੋਏ, ਅਸੀਂ ਇਕੱਲੇ ਰਹਿਣਾ ਸਿੱਖ ਲਿਆ। ਲਓ ਜੀ ਬਾਈ, ਮੈਂ ਤੁਹਾਡਾ ਆਪਣਾ ਬਾਈ ਕਾਮਰਾਨ ਜੱਟ, ਨੈਸ਼ਨਲ ਕਬੱਡੀ ਕਮੈਂਟੇਟਰ, ਔਰ ਤੁਸੀਂ ਦੇਖ ਰਹੇ ਯੂਟਿਊਬ ਚੈਨਲ ਪੰਜਾਬੀ ਲਹਿਰ ਕਬੱਡੀ ਯੂਟਿਊਬ ਚੈਨਲ। ਜਿੱਦਾਂ ਕਿ ਤੁਹਾਨੂੰ ਪਤਾ, ਅਸੀਂ ਵੱਖ ਵੱਖ ਖਿਡਾਰੀਆਂ ਦੇ ਨਾਲ ਤੁਹਾਡਾ ਮੁਲਾਕਾਤਾਂ ਜ਼ਰੂਰ ਕਰਾਉਂਦੇ ਰਹੀਦਾ, ਔਰ ਅੱਜ ਅਸੀਂ ਪਹੁੰਚੇ ਹੋਏ ਹਾਂ 56 ਘਿਆਲੇ ਦੇ ਵਿੱਚ, ਇੱਕ ਪਾਕਿਸਤਾਨ ਦਾ ਉਹ ਜਿਸ ਸਟਾਪਰ ਨੂੰ ਕਿੰਗ ਦੇ ਨਾਂ ਤੋਂ ਜਾਣਿਆ ਜਾਂਦਾ, ਉਹਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਔਰ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਅੱਜ ਜਿਹੜਾ ਨਾ ਸਵਾਲ ਜਵਾਬ ਜ਼ਰੂਰ ਕਰਾਂਗੇ। ਲਓ ਜੀ ਵੈਸ ਬਾਈ, ਤੁਹਾਡਾ ਸਵਾਗਤ, ਔਰ ਅਸਲਾਮ ਅਲੈਕੁਮ ਤੁਹਾਡਾ ਯੂਟਿਊਬ ਚੈਨਲ ਪੰਜਾਬੀ ਲਹਿਰ ਦੇ। ਵਾਲੇਕੁਮ ਸਲਾਮ ਜੀ। ਹੋਰ ਬਾਈ ਜੀ, ਕਿੱਦਾਂ, ਠੀਕ ਹੋ, ਖਰੀਏ ਦੇ? ਹਾਂਜੀ, ਅੱਲਾਹ ਦਾ ਬੜਾ ਸ਼ੁਕਰ ਆ ਜੀ, ਕਰਮ ਅੱਲਾਹ ਪਾਕ ਦਾ ਜੀ। ਆਪਣਾ ਜਿਹੜਾ ਪਿੰਡ ਆ ਉਹ ਕਿੱਥੇ ਕਰਕੇ ਪੈ ਜਾਂਦਾ? ਮੇਰਾ ਪਿੰਡ ਭਾਅ ਜੀ ਆਪਣਾ ਸ਼ਹਿਰੋਂ ਨਾੜ ਵਾਲੇ ਅੱਡਿਓ ਜੀ, ਅੰਮੀਪੁਰ ਰੋਡ 'ਤੇ ਜੀ, ਅੰਮੀਪੁਰ ਰੋਡ 'ਤੇ ਅੱਗੇ ਆ ਕੇ ਬਾਗਾਂ ਵਾਲਾ ਸਟਾਪ ਹੁੰਦਾ ਜੀ, ਬਾਗਾਂ ਵਾਲੇ ਸਟਾਪ ਤੋਂ ਅੰਦਰ ਨੂੰ ਸੱਜੇ ਹੱਥ ਮੁੜ ਕੇ ਜੀ, ਤਕਰੀਬਨ ਬਾਗਾਂ ਵਾਲੇ ਸਟਾਪ ਤੋਂ 3 ਕਿਲੋਮੀਟਰ 'ਤੇ ਆ ਜੀ, ਚੱਕ ਨੰਬਰ 56 ਜੀ, ਮੈਂ ਛੋਟਾ ਕਿਲਾ ਜੀ। ਛੋਟਾ ਕਿਲਾ, ਹਾਂਜੀ। ਅੱਛਾ ਵੈਸ ਬਾਈ, ਸਭ ਤੋਂ ਪਹਿਲੇ ਤੁਸੀਂ ਸਾਨੂੰ ਇਹ ਦੱਸਣਾ ਕਿ ਕਬੱਡੀ ਕਿੰਨੀ ਉਮਰ ਦੇ ਵਿੱਚ ਸ਼ੁਰੂ ਕੀਤੀ ਸੀ ਅਤੇ ਕਿੰਨੀ ਦੇਰ ਤੋਂ ਕਬੱਡੀ ਖੇਡ ਰਹੇ ਹਾਂ? ਮੈਨੂੰ ਭਾਅ ਜੀ ਕਬੱਡੀ ਸ਼ੁਰੂ ਕੀਤੀ ਨੂੰ ਬਚਪਨ ਦੀ ਕੀਤੀ ਆ ਭਾਅ ਜੀ, ਮੈਨੂੰ ਨਾ ਯਾਦ ਕੋਈ ਨਹੀਂ ਆਵੇ, ਮੈਂ ਕਹਾਂ ਹਾਂ ਜੀ ਮੈਂ 2014 ਤੋਂ ਕੀਤੀ, ਜਾਂ 16 ਤੋਂ ਕੀਤੀ, ਜਾਂ ਮੈਂ 12 ਤੋਂ ਕੀਤੀ, ਤਕਰੀਬਨ ਮੈਂ ਛੋਟਾ ਸੀ ਭਾਅ ਜੀ, ਲਾ ਲਓ ਕੋਈ ਹੋਣਾ ਵਾ ਕੋਈ 15-16 ਸਾਲਾਂ ਦਾ ਜਾਂ 18 ਦਾ ਹੋਊਗਾ ਜੀ, ਇੰਨੇ ਕੁ ਸਾਲਾਂ ਦਾ ਹੈ ਸੀ ਜਦੋਂ ਮੈਂ ਸ਼ੁਰੂ ਕੀਤੀ ਆ। ਮੇਰੇ ਲਾਗੇ ਗਰਾਊਂਡ ਆ ਜੀ, ਗਰਾਊਂਡ ਦੇ ਲਾਗੇ ਮੇਰਾ ਡੇਰਾ ਸੀ ਜੀ, ਉੱਥੋਂ ਸ਼ੁਰੂ ਕੀਤੀ ਹੈ ਜੀ, ਮੈਨੂੰ ਬਚਪਨ ਦਾ ਸ਼ੌਕ ਸੀ। ਅੱਛਾ, ਕਿੰਨੀ ਦੇਰ ਤੋਂ ਕਬੱਡੀ ਖੇਡ ਰਹੇ ਹਾਂ, ਔਰ ਉਸਤਾਦ ਤੁਹਾਡੇ ਕਿਹੜੇ ਨੇ ਕਬੱਡੀ ਦੇ ਵਿੱਚ, ਜਿਨ੍ਹਾਂ ਦੀ ਸਿੱਖਿਆ ਤੁਸੀਂ ਲੈ ਕੇ? ਮੈਂ ਭਾਅ ਜੀ ਪਹਿਲੇ ਤਾਂ ਮੈਂ ਨਾ ਤਕਰੀਬਨ ਗਰਾਊਂਡ ਦੇ ਲਾਗੇ ਮੇਰਾ ਡੇਰਾ ਸੀ, ਉੱਥੋਂ ਗਰਾਊਂਡ ਦੇ ਰਿਹਾ, ਵਿਹਲਾ ਹੋ ਗਿਆ ਮੈਂ ਪੂਰੇ ਗਰਾਊਂਡ ਚੱਲ ਜਾਣਾ, ਮਾੜੀ ਮੋਟੀ ਮੈਂ ਖੇਡਦਾ ਰਿਹਾ। ਉਸਤਾਦ ਮੇਰਾ ਜੀ ਉਸਤਾਦ ਅਮਜਦ ਜੱਟ ਛੀਨਾ ਜੀ, ਤਕਰੀਬਨ 2014 ਦੇ ਵਿੱਚ ਨਾ ਸਹੀ ਭਾਅ ਜੀ ਸ਼ੁਰੂ ਕੀਤੀ ਹੈ ਜੀ, ਜਿਹੜੀ ਸਹੀ ਇੱਕ ਮੈਂ ਮੁੱਠ ਫੜ ਕੇ ਮੈਂ ਤੁਰਿਆ ਜੀ 2014 ਦੀ ਜੀ। ਉਸ ਤੋਂ ਬਾਅਦ ਫਿਰ ਅੱਲਾ ਖੈਰ ਕਰੇ 2016 ਦੇ ਵਿੱਚ ਮੈਂ ਭਾਅ ਜੀ ਨੈਸ਼ਨਲ ਖੇਡੀ ਆ ਜੀ, ਉੱਤੋਂ ਗਾਂ ਫਿਰ ਅੱਲਾ ਪਾਕ ਨੇ ਨਾ ਰੂਜ ਦਿੱਤਾ ਜੀ। ਅੱਛਾ, ਪਾਕਿਸਤਾਨ ਦੇ ਵਿੱਚ ਤੁਸੀਂ ਜਿਹੜੀ ਕਬੱਡੀ ਖੇਡਦੇ ਆ, ਆਪਣੇ ਜਿਹੜੇ ਕਿਹੜੇ ਕਲੱਬ ਵੱਲੋਂ ਕਬੱਡੀ ਖੇਡਦੇ ਆ? ਮੇਰਾ ਭਾਅ ਜੀ ਆਪਣਾ ਜਿਹੜਾ ਪਿੰਡ ਦਾ ਕਲੱਬ ਆ ਜੀ, ਮੇਰਾ ਆਪਣਾ ਵਾ ਜੀ ਹੈਦਰੀ ਕਬੱਡੀ ਕਲੱਬ, ਮੈਂ ਉਹਦੇ ਵੱਲੋਂ ਖੇਡਦਾ ਜੀ। ਜਿਹੜੇ ਉੱਤਲੇ ਵੱਡੇ ਕਲੱਬ ਆ ਜੀ, ਉਹ ਮੇਰਾ ਹਾਊਸ ਆਫ ਟਾਇਰ ਸ਼ੇਰੇ ਪੰਜਾਬ ਜੀ, ਉਸਤਾਦ ਗੁਲਾਮ ਬਾਸ ਬੱਟ ਦਾ ਜੀ, ਉਹਦੇ ਵੱਲੋਂ ਖੇਡਦਾ ਜੀ। ਅੱਛਾ, ਜਦੋਂ ਤੁਸੀਂ ਕਬੱਡੀ ਸਟਾਰਟ ਕੀਤੀ ਸੀ, ਕਦੇ ਮਨ ਦੇ ਵਿੱਚ ਇਹ ਚੀਜ਼ ਆਈ ਸੀ ਕਿ ਮੈਂ ਇਸ ਲੈਵਲ ਤੱਕ ਵੀ ਕਬੱਡੀ ਖੇਡਾਂਗਾ? ਕੋਈ ਨਹੀਂ ਸੀ ਡਜ਼ੀਨ ਜਗ੍ਹਾ, ਪਰ ਅੱਲਾ ਪਾਕ ਨੇ ਬੜਾ ਨਾ ਨਾਂ ਦਿੱਤਾ, ਅੱਲਾ ਪਾਕ ਦਾ ਬੜਾ ਲੱਖ ਸ਼ੁਕਰ ਆ ਜੀ, ਇੰਨੀ ਉਮੀਦ ਨਹੀਂ ਸੀ ਹੈਗੀ ਭਾਈ ਜਿੱਥੇ ਅੱਲਾ ਪਾਕ ਨੇ ਮੈਨੂੰ ਪਹੁੰਚਾ ਦਿੱਤਾ ਜੀ। ਜਦੋਂ ਕਬੱਡੀ ਤੁਸੀਂ ਸਟਾਰਟ ਕੀਤੀ, ਉਦੋਂ ਆਪਣੇ ਪਰਿਵਾਰ ਦੇ ਵਿੱਚ ਕੀ ਹਾਲਾਤ ਸਨ, ਔਰ ਪਰਿਵਾਰ ਦੇ ਵਿੱਚੋਂ ਆਪਾਂ ਨੂੰ ਸਪੋਰਟ ਕੀ ਸੀ, ਕਿਹਨਾਂ ਨੇ ਤੁਹਾਨੂੰ ਜ਼ਿਆਦਾ ਸਪੋਰਟ ਕੀਤਾ ਸੀ? ਪਰਿਵਾਰ ਦੇ ਵਿੱਚੋਂ ਭਾਅ ਜੀ ਸੀ, ਜਦੋਂ ਮੈਂ ਸ਼ੁਰੂ ਕੀਤੀ ਆ ਨਾ, ਮੇਰੇ ਬਾਪੂ ਨੂੰ ਬੜਾ ਸ਼ੌਕ ਸੀ ਜੀ, ਮੇਰਾ ਵਾਲਦ ਖੁਦ ਆਪ ਪਲੇਅਰ ਰਿਹਾ ਸੀ ਕਬੱਡੀ ਦਾ ਜੀ, ਚਾਚਾ ਯੂਸਫ ਜੱਟ ਮਰਹੂਮ ਜੀ, ਮੇਰਾ ਵਾਲਦ ਆ ਜੀ ਉਹ, ਅਤੇ ਉਹਨੂੰ ਬੜਾ ਸ਼ੌਕ ਸੀ,
उन्हें मैंने शुरू कराई तकरीबन ना मैं तो मैं थोड़ी बहुत ही खेलता ही तो उस्ताद अमजद शकीर उस्ताद ही उस्ताद अकरम जी मरहूम राणा अकरम मरहूम वो तो साडा उस्ताद सी साडा दादा उस्ताद है जी वो साडा उस्ताद सी ते उन्हों मेरे बुढ़े ने पूछा उन्होंने तो किदा मुंडा मेरा जंदा ग्राउंड कुछ करता भी उन्हें कहा हाँ चाचा करता ठीक है हाथ पला मारता उन्हें कहा ख्याल करो इन्हें मैं कबड्डी खिडाउनी एवं तो माड़ी मोटी शुरू की है जो खेलनी जो मेरा वालद फौत हो गया जी 2010 के मेरा वालद फौत होया जी बाद मुड़ के मेरा दिल करता से खेड में बड़ा शौक से पर घर दजबूरियां बड़ी सी मजबूरियां मैं तो फिर ना कभी कहव खेलना कभी कहव हट जा पर फिर ना बिचों को दोवे तिना बंद ने भाई मेरे को कहा कि यार कुछ हाथ चंगे चार मारता वा तो तू खड़ा दो फिर मेरे भाई ने मैंने कहा यार ठीक है तू खेलनी तो खेल ला फिर ना मैं जिन्हें जो गया मैं तेरे मगर पहुंचूंगा तू खेल ला जी परिवार दे विचों वड्डे भाई सी जिन्हां ने तुहानूं सपोर्ट कीता ते तुसीं अपना अज इस जगह दे उत्ते पहुंचे हो। हाँ जी वड्डे भाई जी असी पांच भाई हैं जी तारा गया सी मेरे तो वड्डा जी सब तो छोटा मैं ही हाँ जी अच्छा अवैस किंग, एक किंग दा जिहड़ा तुहानूं लकब मिलिया सी, एक किस थां दे किस टूरनामेंट दे विच ते एक किहड़े भाई जिन्हां ने तुहानूं किंग दे नां तों मशहूर कीता सी? ये भाजी मैनू मिलया वा मैं ना काढ़े गया मैं आज जी छानी सियाल का उस्ताद सी गोगा जी जिहड़ा फौत हो गया जी उहदी याद दे विच मैं सी तो उत्थे भाजी मैनू दिता ये तनवीर बिल्ले ने दिता कमेंटेटर ने जी उहने मैनू एक खिताब दिता जी किंग वाला जी अच्छा किंग सुन के वैस किंग, हुण असीं वी आए पिंड दे विच, सब तों पहले पुछिया बई वैस दे घर जाणा, उन्होंने कहा जी वैस कहड़ा, जदों असीं किंग आख्या फिर उन्होंने कहा वी भाजी आ तुसीं गली दे विच तुसीं जाओगे। आ इदा ना भाजी वैस असी दो है ना जी एक मैं वहाँ एक दूजा छोटा वैस उदा दो तीन बाजी तकरीबन एक दो होर भी हो फिर तां पुछ रहे किहड़े वैस के घर जाना छोटे वैस के घर जाना या वैस किंग के घर जाना जी वो जो सीधा ना जाता वैस किंग फिर दस देंगे या वैस किंग का उस घर च गली च छोटे वैस का उस गली च अच्छा भाजी कबड्डी आपां खेडदे आ अपने पिंड दे विच, अपने जिहड़े क्लब दे लड़के खेड रहे ने ओह किन्ने लड़के तुहाडे डेली जिहड़े ट्रेनिंग करदे ने ते तुसीं जिहड़ी किन्नी ट्रेनिंग करदे सी डेली? मेरे को भाजी जिहड़े पिंड दे हैगे ना जी पिंड दे असीं भाजी सत्त अठ मुंडे हैगे जी तकरीबन तीन असीं जाफी हाँ जी मैं छोटा वैस हाँ मुंडा मुकद्दस है जी बाकी साडा शीश नाग साई है जी बाकी छोटे मुंडे साडे बड़े डे उठण मगरों छोटे कोई चार पाँच साई है जी कोई दो तीन जाफी है जी वो मुंडे छोटे मगरों चंगी मेहनत करने है जी अल्लाह खैर करे कोई साल है दो साल वो भी इंशाल्लाह नाल रल जाएंगे जी। अच्छा पहला जिहड़ा टूरनामेंट तुसीं खेडिया सी जिहदे विच पाकिस्तान दा वधिया रेडर फड़िया सी, ਉਹ ਕੋਈ ਤੁਹਾਨੂੰ ਯਾਦ ਹੋਵੇ ਕਿ ਟੂਰਨਾਮੈਂਟ ਕਿਹੜਾ ਸੀ ਜਿਹਦੇ ਵਿੱਚ ਆਪਾਂ ਵਧੀਆ ਰੇਡਰ ਜਿਹੜਾ ਫੜਿਆ ਸੀ, ਜਿੱਤੋਂ ਲੱਗਾ ਹੋਵੇ ਕਿ ਹੁਣ ਆਪਾਂ ਵਧੀਆ ਕਬੱਡੀ ਖੇਡਾਂਗੇ? ਮੈਂ ਜਿਹੜੀ ਸਹੀ ਤਾਂ ਮੇਰੀ ਗੁੱਡੀ ਭਾਈ ਚੜ੍ਹੀ ਹੈ ਨਾ ਉਹ ਮੇਰੀ ਚੜ੍ਹੀ ਹੈ ਇੱਥੋਂ ਜੀ ਇੱਕ ਚੌੜ ਚੱਕ ਮੈਚ ਹੋਇਆ ਸੀ ਜੀ ਉਹ ਖੇਡਿਆ ਉਸ ਤੋਂ ਬਾਅਦ ਫਿਰ ਥੋੜ੍ਹੀ ਦੇਰ ਬਾਅਦ ਹੀ ਆ ਤਲੀਆਂ ਵਾਲੇ ਹੋਇਆ ਟੂਰਨਾਮੈਂਟ ਜੀ ਉੱਥੇ ਮੈਂ ਦੋ ਮੈਚ ਖੇਡੇ ਇੱਕ ਸੈਮੀਫਾਈਨਲ ਇੱਕ ਫਾਈਨਲ ਫਾਈਨਲ ਦੇ ਵਿੱਚ ਮੈਂ 6 ਟੱਚ ਮਾਰ ਕੇ ਅਤੇ 5 ਜੱਫੇ ਮਾਰੇ ਸੀ ਜੀ ਸਾਡਾ ਜਹਾਂਗੀਰ ਦਾ ਮੈਚ ਸੀ ਜੀ ਉਹ ਮੈਂ ਮੈਚ ਦੋਵੇਂ ਤਗੜੇ ਖੇਡਿਆ ਉਸ ਤੋਂ ਪਹਿਲੇ ਇੱਕ ਮੈਂ ਚੌਥ ਦੇ ਵਿੱਚ ਖੇਡਿਆ ਸੀ ਉਹ ਮੈਂ ਬੜਾ ਤਗੜਾ ਖੇਡਿਆ ਜੀ ਸਾਰਾ ਟੂਰਨਾਮੈਂਟ ਤਗੜਾ ਖੇਡਿਆ ਸੀ ਫਾਈਨਲ ਜਾ ਕੇ ਹਾਰੇ ਸੀ ਸਿਆਦਾਂ ਕੋਲੋਂ ਦੋਵਾਂ ਤਿੰਨਾਂ ਨੰਬਰਾਂ 'ਤੇ। ਅੱਛਾ ਜਦੋਂ ਤੋਂ ਕਬੱਡੀ ਖੇਡ ਰਹੇ ਹੁਣ ਤੱਕ ਆਪਾਂ ਨੂੰ ਕਿੰਨੇ ਮਾਣ ਸਨਮਾਨ, ਕਿੰਨੇ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਮਾਣ ਸਨਮਾਨ ਹੋਈ ਹੈ? ਮੈਨੂੰ ਭਾਅ ਜੀ ਹੁਣ ਤੱਕ ਮਾਣ ਸਨਮਾਨ 3 ਕੁ ਮੋਟਰਸਾਈਕਲ ਹੋਏ ਭਾਅ ਜੀ ਚੈਨਾਂ ਦੇ ਇੱਕ ਮੈਨੂੰ ਭਾਅ ਜੀ ਹੈਵੀ ਬਾਈਕ ਮਿਲੀ ਸੀ ਜੀ ਇੱਕ ਮੈਨੂੰ ਭਾਈ ਘੋੜੀ ਮਿਲੀ ਸੀ ਇਹ ਹੈ ਮਾਣ ਸਨਮਾਨ ਹੋਇਆ ਜੀ। ਅੱਛਾ ਜਦੋਂ ਪਹਿਲਾ ਮਾਣ ਸਨਮਾਨ ਕਿਤੇ ਮਿਲਿਆ ਸੀ ਉਦੋਂ ਕੀ ਖੁਸ਼ੀ ਸੀ, ਕੀ ਉਦੋਂ ਲਮਹਾਤ ਸੀਗੇ? ਬਸ ਭਾਅ ਜੀ ਤੁਹਾਨੂੰ ਪਤਾ ਚਾਤ ਹੁੰਦਾ ਹੀ ਹੈ ਜੀ ਅਤੇ ਮਸਲ ਮੋਟਰਸਾਈਕਲ ਮਾਣ ਸਨਮਾਨ ਹੋਇਆ ਜਾਂ ਜਿਹੜੀ ਸੀ ਨਾ ਪਹਿਲਾਂ ਮੇਰਾ ਭਾਅ ਜੀ ਘੋੜੀ ਨਾ ਹੋਇਆ ਸੀ ਜੀ ਪਹਿਲਾਂ ਮੇਰਾ ਘੋੜੀ ਨਾ ਹੋਇਆ ਸੀ ਬਾਅਦ 'ਚ ਮੁੜ ਕੇ ਮੈਨੂੰ ਮੋਟਰਸਾਈਕਲ ਮਿਲੀ ਸੀ ਜੀ ਦੋ ਮੈਨੂੰ ਚੈਨਾਂ ਦੀਆਂ ਮਿਲੀਆਂ ਅਤੇ 3 ਚੈਨਾਂ ਦੀਆਂ ਮਿਲੀਆਂ ਜੀ ਇੱਕ ਮੈਨੂੰ 70 ਮਿਲੀ ਸੀ ਜੀ ਅਤੇ ਇੱਕ ਮੈਨੂੰ ਮੁੜ ਕੇ ਹੈਵੀ ਬਾਈਕ ਮਿਲੀ ਹੈ ਜੀ ਉਹ ਹੈਵੀ ਬਾਈਕ ਆਪਣੇ ਕੋਲ ਹੀ ਆ? ਨਹੀਂ ਮੈਂ ਭਾਅ ਜੀ ਮੁੜ ਕੇ ਦੇ ਦਿੱਤੀ ਸੀ ਜੀ ਹਾਂ ਜੀ ਮੈਂ ਮੁੜ ਕੇ ਦੇ ਕੇ ਤੁਹਾਨੂੰ ਪਤਾ ਉੱਤੇ ਸਵਾਰੀ ਇੱਕ ਅੱਧੀ ਪੈਂਦੀ ਸੀ ਜੀ ਮੈਂ ਅਸੀਂ ਤਾਂ ਤੁਹਾਨੂੰ ਪਤਾ ਮੈਚਾਂ ਦਾ ਜਾਣਾ ਹੁੰਦਾ ਜੀ ਅਸੀਂ ਤਾਂ ਲੜੀਆਂ ਨੇ 5-5 6-6 ਸਵਾਰੀਆਂ ਜੀ ਮੈਂ ਭਲਵਾਨ ਹਾਂ ਜੀ ਅਸੀਂ ਫਿਰ ਮੈਂ ਦੇ ਦਿੱਤੀ ਸੀ ਮੈਂ ਫਿਰ 1-2-5 ਲੈ ਲਿਆ ਜੀ ਸਹੀ ਹਾਂ ਜੀ। ਅੱਛਾ ਹੁਣ ਯਾਨੀ ਕਿ ਆਪਾਂ ਹੁਣ ਥੋੜ੍ਹੀ ਆਪਾਂ ਗੱਲਬਾਤ ਕਰਾਂਗੇ ਕਿ ਤੁਹਾਡੇ ਥੋੜ੍ਹੀ ਦੇਰ ਪਹਿਲੇ ਕੁਛ ਨਾ ਇੰਜਰੀ ਹੋ ਗਈ ਸੀਗੀ, ਅੱਲਾ ਸਾਨੂੰ ਤੁਹਾਨੂੰ ਤੰਦਰੁਸਤੀ ਦੇਵੇ ਸਲਾਮਤੀ ਦੇਵੇ, ਸੋ ਉਹ ਹੁਣ ਤੁਹਾਡੀ ਜਿਹੜੀ ਸੱਟ ਹੈ ਉਹ ਹੁਣ ਇਸ ਟਾਈਮ ਦੇ ਵਿੱਚ ਕਿੰਨਾ ਕੁ ਉਹਦੀ ਰੈਸਟ ਆ ਹੋਰ ਜਾਂ? ਅੱਲਾ
अल्लाह का शुक्र है भाजी, सट मेरी हूँ ठीक है इंशाल्लाह जी। मैं ट्रेनर करता जी, कोई तकरीबन कोई 2-3 महीने इंशाल्लाह, 2-3 महीने बाद इंशाल्लाह ग्राउंड की रौनक बना गई। आस्ता आस्ता ना लग रहे बड़ी है, कवर हो जाती सट जी, बिल्कुल ऐ ठीक हो जाती जी। थोड़े जी सट लगी सी, ये किसी मैच के दौरान लगी, किसी टूरनामेंट पर लगी सी, या होम ग्राउंड च ट्रेनिंग करने लगी सी? नहीं, मेरे इतने अपने ग्राउंड च लग गई सी ट्रेनिंग करने जी, अपने ग्राउंड। हाँ जी, अपने ग्राउंड जी। अच्छा, सट लगन तो बाद अपने जिहड़े क्लब आ जां अपने जिहड़े पिंड वाले लोग ने, इन्हां ने आपां नूं किन्ना क प्रमोट कीता, भी किन्ना क हौसला दिता इहदे विच? माशाल्लाह ठीक रहे जी, मेरे क्लब वालों ने मेरा परेड जिहड़ा कराया, मेरे क्लब वालों ने कराया जी, हाउस ऑफ टायर शेरे पंजाब वालों जी, उन्होंने कराया जी। बाकी ठीक है, जिन्ने जुगे है सी, अपने पिंड वाले भी सी, जिहड़े अपने मुंडे आ जी, जिन्ने जुगे आया पूरा साथ मेरे नाल दिता जी, मेरा मुंडे ने मुंडा पूरा लाया जी। भी यानी कि सारे पूरा अपना तावन मोहब्बत पूरी की थी अपने? हाँ जी, अपने जिन्ने जो गया ने पूरे तावन किया जी, अपने मोढ़े ने मोढ़ा पूरा लाया जी, मेरा साथ मैंने पूरा दिता उन्होंने जी। हूँ कितनी देर बाद इंशाल्लाह आप ग्राउंड के शुरू कर रहे हैं? इंशाल्लाह भाजी सिर्फ 2 महीने ठंड दी है जी, नंघा के ना इंशाल्लाह मुड़के ग्राउंड की रौनक बना गई। चलो अल्लाह ताला खैर खरीयत रखे जी, अल्लाह ताला तंदुरुस्ती रखे। कि प्लेयर दे जदों सट लगती है उदों काफ़ी बैक हो जाते हैं, बाकी अल्लाह ताला तंदुरुस्ती देवे। वधिया प्लेयर ने सारे जिहड़े अगे भी इंजरियां तो बाद आए ने, फिर दोबारा ग्राउंडां दा शिंगार बने हैं। अल्लाह ताला इन्हां सारे खिडारियों नूं सट पेड़ तो बचावे, तंदुरुस्ती बख्शे। अच्छा, एक बार अवैस बई असी ना एक लिस्ट देखी सी, 2020 वर्ल्ड कप होया पाकिस्तान दे विच, उस लिस्ट दे विच तुहाडा नाम भी जरूर सीगा, लेकिन तुसीं उह वर्ल्ड कप दे विच खेडे नहीं, इहदा की कारण सी? उहदा भाजी कोई मसला नहीं सी, कोई इशू नहीं सी। मैनूं बड़े लोकां ने कहा पुछा जी तैनूं तेरी पार्टी नाल सद लिया, तैनूं इंज कीता, तैनूं उत्थों किसी ने कढ़ता, तू तां आ गया उत्थों। मैनूं भाजी किसी ने कढ़िया नहीं सी, ना मेरी पार्टी किसी ने मैनूं सद्या जी, मैं उत्थों आप ही आ गया सी। मेरे ना पिन्नियां नूं बहुत ना दर्द हुंदी सी, छिन पिन दा मसला बन गया सी सामने हड्डियां नूं जी। उह आंदे सी ट्रेनर कर जी, उह दबके मारदे सी, मैं उहदा करके ना फिर छड्ड के आ गया। मैं जी मेरे को नहीं हुंदी, उहने कहा नहीं हुंदी, फिर अपना चौकला जुल्ली बिसा घर चल जा। मैं ठीक है जी, मैं छड्ड के घर आ गया जी, मैंने उत्थों किसी ने कढ़िया नहीं गा जी, ना मेरे किसी मतलब पार्टी वाले ने सद्या, किसी ने मैंने सद्या नहीं गा जी, मैं आप खुद आप ही आ गया उत्थों। अच्छा, मन दे विच कोई चीज़ सी कि मैं वर्ल्ड कप जदों खेडांगा तो वर्ल्ड कप दे विच मैं बल्ले बल्ले करवाऊँ तो अपना इंशाल्लाह पाकिस्तान नूं जिहड़ी जीत दवाऊँ वर्ल्ड कप दी? उह ज़ाहरी गल हैगी सी भाजी दिल विच जी, पर हुण नहीं सी पूरी हो सकी जी। दिल विच ख्वाहिश तां हैगी सी जी, खेडदे चंगा सी, पाकिस्तान दा नाम रोशन हुंदा जी, पर नहीं खेडिया गया जी, नहीं सी मुकद्दरां च हैगा जां जो भी मसला है जी। अच्छा, वख वख देशां दे विच वी किते जा के कबड्डी खेडी तुसीं? नहीं भाजी अजे जी, अजे मैं पाकिस्तान च खेडी है जी, भी नैशनल खेडियाँ जी, अजे इंटरनेशनल नहीं होया जी। अच्छा, किते कोई आ पिछे प्लेयर गए न्यूजीलैंड दे विच भी गए, कैनेडा दे विच भी गए, अगर तुसी फिट हुंदे ते अपना भी कोई सीगा कोई गलबात? हाँ जी भाजी, फिर हैगा सी जी, फिट हुंदे फिर हैगा सी, उह सट लग गई, सट दी वजह नहीं जा सके जी, निसी वक्तां च हैगा जी, जे सट ना लगदी फिर इंशाल्लाह हैगा सी जी, फिर तो पूरी उम्मीद सी अल्लाह दे घर दी, फिर तो इंशाल्लाह जाना सी जी। अच्छा, हुण आपां बई गल करांगे कि अपने पाकिस्तान दे विच जिहड़े कोच आ, आपां कोचां दी गल करांगे कि जिहड़े कोच ने पाकिस्तान दे विच अपने क्लब तों हट के, तुसीं जदों कबड्डी खेडण जांदे वख वख क्लबां लो पिंडां लो खेलदे, आपां नूं किहड़ा कोच वधिया लगदा जिहदा पता लगदा कि यार आ कोच बहुत वधिया कोचिंग करदा, टीम जिहड़ी वधिया खिडाउंदा? कोच दे भाजी सिर ते आ जाओ, मैं भाजी सारिया कोचां नाल तो मैच नहीं खेडिया, मैं तिना कोचां नाल मैच खेडिया जी। जिहड़े कोच की गल करिए ना जी, वह आप प्लेयर भी तगड़ा रहा जी, तो कोच भी तगड़ा जी, वह बस बट है जी, वह बंदे नूं दस दे हिसाब नाल, बंदे की जिन्ना ना समझ आती हो, बंदे की अकल है पागल हुई हो, घूमी हो, तो बंदे गल ही दिमाग इदा दी पा दिंदा जी, तो बंदा ऑटोमैटिक बंदे नूं पता लगना पैंदा यार मैं ना इत्थों बंदे अज फड़ लेना जी। मसले विच कई मैच दे विच बंदे डेड खेडते आ, अंडर प्रैशर आ जाता, प्रैशर च बंदा आ जाता, आने के बंद गल ही इंज दस बंद का प्रैशर सारा दूर हो जाता जी, ए बंद जेन हौला हो जाता फिर जी। अच्छा भाई, आप जो कबड्डी खेडते हैं, आप कबड्डी के मैं थोड़ा पूछन लगा एक गल कि कद कोई ये चीज़ सी मन के कि यार पाकिस्तान के आप आ रेडर जो फड़ना सो हजे तक ना फड़िया हो? अल्लाह का शुक्र है भाजी, मैं पाकिस्तान इस टाइम सारे फड़ लिया जी,
अल्लाह पाक ने सारे दे सारे फड़ाते, कोई भी नहीं जेड़ा तो नहीं मैं फड़े होना, सारे जिन्हें भी मैं भाजी सारे फड़ ले। बाकी तुसी गल करते मेन मेन जेड़े आ सारे मैं भाजी चिश्ती भी फड़िया, विकास भट्ट भी फड़िया, बलाल भी फड़िया, बिनियामीन भी फड़िया, कलीमुल्ला जिन्ने ना सारे मेरे पिंड वाला हो गया मन, सारे जिन्ने मैं भाजी सारे फड़े जी। सारे प्लेयर जड़े हाँ जी माशाल्लाह। सारे मैं फड़ ले, एक एक दो हथ मैं सारे फड़े जी। अच्छा जदों तुसीं स्टाफ लाइन दे विच खड़दे आ कदे कोई चीज़ मन च चीज़ कदे आई कि अपना आइडियल किसे नूं तुसीं मानदे हो कि यार आ जाफी जिहड़ा बहुत वधिया खेडदा सी मैं इहदे तर्हां बनना चाहुंदा जां मैं इहदी जिहड़ी है उह मैनूं गेम बहुत वधिया लगदी है। कोई नहीं भाजी जो मैच से जाइए इदा का कोई नहीं जेन हूँ, जो मैच में जाके वड़ जाना सिर्फ यही जेन हूँ, अपना जेन अपने हों आप ही जफ्फे मारने जी, जिन्ने वज गए दो वज गए चार वज गए पांच वज गए जिन्ने मारने आप ही मारने जी, कोई किसी वाले वेख के मैं नकल नहीं मारी जी, सिर्फ अपने दिमाग के कम लिया जी, तो अल्लाह पाक को सामने रख के जो किया अपने दिमाग ने किया जी। अच्छा अपने पाकिस्तान दे विच आपां हुण जिहड़े ना मैच रैफरी जिहड़े अपने इन्हां दे विचों कोई ऐसा रैफरी जिहदे विच आपां नूं पता लगदा होवे यार आ रैफरी ने फैसला दे दित्ता ए इदां ही होणा। रैफरी भाजी गलतियां कताइया हो जाएं जी, वह भी इंसान है जी, वह कड़े भाजी फरिश्ते है जी, किसी को गलती कताई हो जाती है, प्लेयर चाहिए दरगुजर करना जी, जे किसी को गलती हो गई है ठीक है, जे जा किसी प्लेयर को हो गई है जा किसी रैफरी को हो गई है दरगुजर करना चाहिए जी, ये दस्ती ना बंद जज्बात नहीं होना चाहिए जी, विच कई प्लेयर मैं वेख्या बड़ी जल्दी जज्बात होंगे जी, जे कोई रैफरी ने मैन गलत दे दिता ना तो जज्बात बड़ी जल्दी होंगे जी, पर जज्बात नहीं होना चाहिए जी, वह भी आखिर इंसान है जी, वह कि फरिश्ते है जिन्होंने माड़ी मोटी गलती नहीं कर सकते, गलती होना कोई हो जाती है, वह भी असर इंसान है जी। अच्छा हुण पाकिस्तान दे विच जिहड़े कमेंटेटर ने कमेंटेटरां दे विच आपां नूं किहड़ा वधिया कमेंटेटर लगता है जिहनूं आपां कहीए बहुत वधिया कमेंटरी करदा? कमेंटेटर भाजी जे तो शेरो शेरी हिसाब से आ जाए ना फिर भाजी वो जाज पारस है जी, बाकी कमेंटेटर बथेरे है जी पर शेरो शेरी बहुत ही सुना जी, वह वधिया लगता जी, बाकी होर भी है जाज मलिक सफदर भी आ, तनवीर बिल्ला भी आ, बिल्ला पट्टी भी है जी, वह अपने थान पर आ, जाज पारस अपने थान पर वधिया, यानी कि जाज पारस अपना जिहड़ा ना वधिया। हाँ जी हुण हुण तुसीं इन्हां नूं कह दिओ मैं सामने बैठा मेरा नाम नहीं लिया इन्होंने जी कौन नहीं 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 ऐसा कोई काम नहीं, ये तो भाई जेड़ा वधिया हुंदा ना वो किसी नूं दसण दी लोड़ नहीं हुंदी, वो आपे ही वधिया हुंदा हुंदा। हाँ जी ठीक है तो ऐसा कोई मामला नहीं। हुण तुहाडा जेड़ा डिपार्टमेंट आ डिपार्टमेंट किहड़ा अपना? मेरा भाजी पाकिस्तान रेंजर। पाकिस्तान रेंजर हाँ जी। हुण भर्ती होए जां पुरानी अपनी जिहड़ी उधर सीगी? नहीं मैनूं इस भर्ती होए नूं हो चलिया जी कोई 14 महीने हो चले जी, भर्ती होए नूं हजे तक कोई मुकाबला खेडिया कोई नहीं? नहीं कोई नहीं हजे मुकाबला कोई नहीं खेडिया जी, अल्लाह करके गांव कोई आंदे आ रहा जी, गांव आए इंशाल्लाह खेडांगे जी। अच्छा वैस भाई जदों इंजरी थोड़े हुई है उदों तो लैके हुण तक अगे दे कोच प्लेयर जिहड़े अपने रातार रहिंदा अगे दे, क्योंकि हर रोज़ ही तकरीबन ग्राउंडां दे विच आपां मिलीदा भी आ कोचां नूं भी खिडारियां नूं भी मिलदे रहीदा, ਜਦੋਂ ਇੰਜਰੀ ਹੋਈ ਆ ਉਦੋਂ ਤੁਹਾਡੇ ਜਿਹੜੇ ਕਬੱਡੀ ਦੇ ਵਿੱਚ ਫਰੈਂਡ ਸੀਗੇ ਕੋਈ ਉਹਨਾਂ ਤੁਹਾਡੇ ਨਾਲ ਯਾਨੀ ਕਿ ਮੁਹੱਬਤ ਪਿਆਰ ਦੇ ਨਾਲ ਤੁਹਾਡੇ ਨਾਲ ਤੁਹਾਡਾ ਪਤਾ ਕਰਦੇ ਰਹੇ ਨੇ? ਇਹਦੇ ਵਿੱਚ ਬਸ ਭਾਜੀ ਕੋਈ ਚੰਦ ਕੁ ਬੰਦੇ ਹੈਗੇ ਜਿਨ੍ਹਾਂ ਨੇ ਕੀਤਾ ਸੀ ਜੀ, ਜਾਂ ਆਪਣੇ ਘਰ ਵਾਲੇ ਜਾਣਨ ਜਾਂ ਆਪਣੇ ਪਿੰਡ ਵਾਲੇ ਜਿਹੜੇ ਮੁੰਡੇ ਉਹ ਜਾਣਨ, ਐਵੇਂ ਚੰਦ ਕੁ ਬੰਦੇ ਆ ਜਿਨ੍ਹਾਂ ਨੇ ਵਿੱਚ ਪੁੱਛਿਆ ਸੀ ਜੀ, ਜਾਂ ਚੰਦ ਕੁ ਜਿਹੜੇ ਕੋਚ ਆ ਪੁੱਛਦੇ ਆ ਜੀ, ਜਦੋਂ ਬੰਦੇ ਦੇ ਸੱਟ ਲੱਗਦੀ ਜਦੋਂ ਕੋਈ ਇੰਜਰੀ ਹੁੰਦੀ ਆ ਬਹੁਤ ਘੱਟ ਪੁੱਛਦੀ ਆਵਾਮ ਜੀ, ਸਿਰ ਉਹ ਚੱਲਦੀ ਆ ਨਾ ਗੱਡੀ ਆ ਜਿਹਨੇ ਕਿ ਨੰਬਰ ਲੈਂਦੇ ਉਹਨਾਂ 'ਚ ਹਰ ਬੰਦਾ ਪੁੱਛਦਾ ਜੀ, ਐਵੇਂ ਚੰਦ ਕੁ ਬੰਦੇ ਜਿਹਨਾਂ ਨੇ ਮੇਰੇ ਕੋਲ ਪਤਾ ਲੈਣ ਆਇਆ ਮੈਨੂੰ ਪੁੱਛਿਆ ਜੀ, ਚੱਲ ਕੇ ਮੇਰੇ ਕੋਲ ਮੁਦੱਸਰ ਮੱਛਾ ਹੋਇਆ ਸੀ ਮੇਰਾ ਜਦੋਂ ਪਰੇਟ ਹੋਇਆ ਪਤਾ ਲੈਣ ਜੀ, ਬਾਕੀ ਜਾਂ ਸਾਹਿਬ ਕੰਬੋ ਆਇਆ ਸੀ ਚੱਲ ਕੇ ਜੀ, ਉਹਨੇ ਮੇਰਾ ਪਤਾ ਲਿਆ ਉਹ ਆਇਆ ਚੱਲ ਕੇ ਜੀ, ਬਾਕੀ ਇੱਕ ਦੋ ਬੰਦਾ ਹੋਰ ਆਏ ਸੀ ਚੱਲ ਕੇ, ਬਾਕੀ ਉਦੋਂ ਕਿਸੇ ਫੋਨ ਫਾਨ ਕੀਤਾ ਜਿਹਨੇ ਕਿਸੇ ਨੇ ਕੀਤਾ ਜੀ ਹਾਲ ਚਾਲ ਪੁੱਛਿਆ ਵਾ ਜੀ, ਮੁੜ ਕੇ ਉਸ ਤੋਂ ਬਾਅਦ ਕੋਈ ਜੇ ਕਿਸੇ ਨੂੰ ਕੋਈ ਚੇਤਾ ਆ ਜਾਂਦਾ ਤਾਂ ਕੋਈ ਕਰ ਲੈਂਦਾ, ਨਹੀਂ ਕੋਈ ਨਹੀਂ ਕਰਦਾ ਜੀ। ਕਦੇ ਮਨ ਦੇ ਵਿੱਚ ਇਹ ਚੀਜ਼ ਆਈ ਹੈ ਕਿ ਯਾਰ ਕਬੱਡੀ ਜਿਹੜੀ ਆਪਾਂ ਉਹਦੇ ਛੱਡਣ ਦੀ ਕੋਈ ਗੱਲ ਦੇ ਜੇ ਜ਼ਿਹਨ 'ਚ ਆਈ ਹੋਵੇ, ਕਦੇ ਇੱਦਾਂ ਦਾ ਟਾਈਮ ਕਦੀ ਕੋਈ ਆਇਆ ਹੋਵੇ ਕਿ ਯਾਰ ਆਹ ਜਿਹੜਾ ਕੰਮ ਮੈਂ ਇਹਦੇ ਨਾਲ ਉਹ ਕਬੱਡੀ ਨਾ ਖੇਡਦਾ? ਨਹੀਂ ਭਾਅ ਜੀ ਇਹ ਤਾਂ ਅੱਲਾਹ ਦਾ ਬੜਾ ਸ਼ੁਕਰ ਹੈ, ਮੈਨੂੰ ਸ਼ੌਕ ਹੀ ਬੜਾ ਜੀ, ਮੈਨੂੰ ਚਾਅ ਹੀ ਬੜਾ ਸੀ, ਮੈਨੂੰ ਤਾਂ ਇਹ ਸੀ ਭਾਅ ਜੀ ਮੈਂ ਕਬੱਡੀ ਦੇ ਸਿਰ 'ਤੇ ਭਾਅ ਜੀ ਆਪਣਾ ਸਾਰਾ ਪੰਜਾਬ ਜਿੰਨਾ ਫਿਰ ਲਿਆ ਜੀ, ਜੇ ਮੈਂ ਕਬੱਡੀ ਨਾ ਖੇਡਦਾ ਹੁੰਦਾ ਤਾਂ ਮੈਂ ਭਲੇ ਆਪਣੇ ਫੈਸਲਾਬਾਦ ਤੋਂ ਗਾਂਹ ਜਾਂਦਾ ਹੀ ਨਾ ਜੀ, ਨਾ ਮੈਨੂੰ ਪਤਾ ਲੱਗਦਾ ਗਾਂਹ ਜਾਣਦਾ ਜੀ, ਮੈਂ ਤਾਂ ਕਬੱਡੀ ਦੇ ਸਿਰ 'ਤੇ ਸਾਰਾ ਆਪਣਾ ਜਿੰਨਾ ਪੰਜਾਬ ਸਾਰਾ ਫਿਰ ਲਿਆ ਜੀ,
ਅਤੇ ਕਬੱਡੀ ਨੇ ਮੈਨੂੰ ਅੱਲਾ ਦੇ ਸ਼ੁਕਰ ਆ, ਅੱਲਾ ਪਾਕ ਨੇ ਕਬੱਡੀ ਦੇ ਸਿਰ 'ਤੇ ਮੈਨੂੰ ਫਰਾਤਾ ਜੀ। ਅੱਛਾ ਬਾਈ, ਜਿਹੜੇ ਟੂਰਨਾਮੈਂਟ ਹੁੰਦੇ ਨੇ ਆਪਾਂ ਉਹਨਾਂ ਦੀ ਗੱਲ ਕਰੀਏ, ਕਿਉਂਕਿ ਟੂਰਨਾਮੈਂਟ ਆਪਾਂ ਹੁਣ ਜਿਹੜੇ ਛੋਟੇ ਬੱਚੇ ਹੈਗੇ ਨੇ ਇਹਨਾਂ ਦੇ ਮਨ 'ਚ ਇੱਕ ਚੀਜ਼ ਹੁੰਦੀ ਹੈ ਕਿ ਯਾਰ ਅਸੀਂ ਨਾ ਥੋੜ੍ਹੇ ਟਾਈਮ ਦੇ ਵਿੱਚ ਵਧੀਆ ਪਲੇਅਰ ਬਣੀਏ। ਇਹਦੇ ਪਿੱਛੇ ਕਿੰਨੀ ਕੁ ਸਟਰਗਲ ਕਰਨੀ ਪੈਂਦੀ ਆ, ਆਪਾਂ ਇਹਨਾਂ ਨੂੰ ਜ਼ਰੂਰ ਇਹ ਦੱਸਾਂਗੇ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਆ ਫਿਰ ਜਾ ਕੇ ਕਿਤੇ ਕਿੰਗ ਬਣਦੇ ਆ, ਅਤੇ ਕਿੰਨਾ ਸਮਾਂ ਜਿਹੜਾ ਕਬੱਡੀ ਨੂੰ ਦੇਣਾ ਪੈਂਦਾ। ਕਬੱਡੀ ਵਾਲਿਆਂ ਬਾਰੇ ਲੋਕ ਬੜੀਆਂ ਗੱਲਾਂ ਕਰਦੇ ਨੇ ਕਿ ਯਾਰ ਕਬੱਡੀ ਵਾਲੇ ਜਿਹੜੇ ਫਲਾਨੀ ਮੈਡੀਸਨ ਇਸਤੇਮਾਲ ਕਰਦੇ ਨੇ, ਕਦੇ ਆਹ ਕਰਦੇ ਨੇ, ਵੱਖ ਵੱਖ ਚੀਜ਼ਾਂ ਵੱਲੋਂ ਵੱਖ ਵੱਖ ਲੋਕ ਗੱਲਾਂ ਕਰਦੇ ਨੇ। ਕਦੀ ਆਪਾਂ ਵੀ ਕਦੇ ਕੋਈ ਚੀਜ਼ ਇੱਦਾਂ ਦੀ ਇਸਤੇਮਾਲ ਕੀਤੀ ਮੈਚ ਤੋਂ ਪਹਿਲੇ ਜਾਂ ਕੋਈ ਕਿਸੇ ਰੂਟੀਨ ਦੇ ਵਿੱਚ? ਉਹਦੇ ਵਿੱਚ ਭਾਅ ਜੀ ਮਿਹਨਤ ਜ਼ਿਆਦਾ ਕਰੋਗੇ, ਜਿੰਨੀ ਜ਼ਿਆਦਾ ਮਿਹਨਤ ਕਰੋਗੇ ਉੱਨੀ ਜਲਦੀ ਬੰਦਾ ਉੱਤੇ ਆਊਗਾ ਜੀ। ਜਿਹੜੇ ਛੋਟੇ ਬੱਚੇ ਮਿਹਨਤ ਦਾ ਮੈਂ ਤੈਨੂੰ ਇਹੀ ਸਲਾਹ ਦਊਂਗਾ, ਹਰ ਬੰਦਾ ਹੁਣ ਇਹੀ ਆਉਂਦਾ ਜੀ ਭਾਅ ਜੀ ਆਹ ਸੱਜਣਾ ਕੰਮ ਚੱਲਿਆ ਜੀ ਆਹ ਸਟੀਲ ਰਾਈਟ ਵਾਲਾ ਜੀ, ਇਹ ਕੱਚਾ ਆਮ ਮਗਰੋਂ ਪਾਉਂਦੀ ਆ, ਇਹਨਾਂ ਦਾ ਧਿਆਨ ਪਹਿਲੇ ਇਸ ਕੰਮ ਵੱਲ ਹੁੰਦਾ ਜੀ। ਅਤੇ ਯਾਰ ਸਭ ਤੋਂ ਪਹਿਲੇ ਤਾਂ ਸਾਨੂੰ ਨਾ ਆਸ਼ਾ ਲੱਗ ਜਾਵੇ ਨਾ, ਸਾਨੂੰ ਆਸ਼ਾ ਮਿਲ ਜਾਵੇ ਨਾ, ਐਸ਼ਾ ਤੋਂ ਭਾਅ ਜੀ ਹਟ ਕੇ ਚਾਹੀਦਾ ਕਬੱਡੀ ਖੇਡਣੀ ਜੀ। ਇਸ ਤੋਂ ਬਗੈਰ ਬੰਦਾ ਆਪਣੇ ਦੇਸੀ ਖੁਰਾਕਾਂ ਖਾ ਕੇ ਬੰਦਾ ਖੇਡੇ ਜੀ, ਬੰਦਾ ਜ਼ਿਆਦਾ ਲੰਮੀ ਖੇਡੂਗਾ। ਅਸੀਂ ਵੀ ਠੀਕ ਆ, ਸਾਡੇ ਅੰਜਰੀ ਹੋਈ ਆ, ਸੱਟ ਲੱਗੀ ਆ, ਇਹਦੇ 'ਚ ਭਾਅ ਜੀ ਆਪਾਂ ਸਟੀਰਾਇਡ ਖਾਈ ਦੀ, ਸਟੀਰਾਇਡ ਦੇ ਵਿੱਚ ਭਾਅ ਜੀ ਸੱਟ ਬਹੁਤ ਜਲਦੀ ਲੱਗਦੀ ਹੈ ਜੀ, ਬਹੁਤ ਮਸਲਾ, ਪੱਠੇ ਬੜੇ ਹਾਰਡ ਹੁੰਦੇ ਆ, ਇੰਜਰੀ ਬਹੁਤ ਜਲਦੀ ਹੁੰਦੀ ਹੈ ਜੀ। ਪਰ ਸਾਡੇ ਜ਼ਿਹਨ 'ਚ ਉਹ ਨਹੀਂ ਹੁੰਦਾ, ਸਾਡੇ ਜ਼ਿਹਨ 'ਚ ਉਹਨਾਂ ਜੀ ਘਰੇ ਹੁੰਦਾ ਜਦੋਂ ਲਾ ਲਓ ਇੰਜਰੀ ਹੁੰਦੀ ਆ, ਅਸੀਂ ਉਦੋਂ ਅੱਲਾ ਤੋਬਾ ਕਰਦੀ ਆ, ਅੱਲਾ ਪੈਰ ਕਿਸ ਆਰਾਮ ਦੇ ਅਤੇ ਗਾਹ ਨਹੀਂ ਕਰਦੇ, ਉਹ ਜਦੋਂ ਫਿਰ ਫਿੱਟ ਤਾਂ ਫਿਰ ਭੁੱਲ ਭੱਲ ਜਾਂਦਾ, ਫਿਰ ਉਹੀ ਕੰਮ ਵਾਲਾ ਸਾਡਾ ਧਿਆਨ ਹੁੰਦਾ ਜੀ। ਮੇਰਾ ਨਿੱਕਿਆ ਬੱਚਿਆਂ ਲਈ ਇਹ ਪੈਗਾਮ ਆ, ਛੋਟੇ ਜਿਹੜੇ ਵੀ ਆ ਜਿੰਨੇ ਆ ਛੋਟੀ ਉਮਰ ਵਾਲੇ ਜਿੰਨੇ ਆ, ਉਹ ਇਹ ਕੰਮ ਵੱਲ ਨਾ ਜੇ ਤਵੱਜੋ ਨਾ ਦੇਣਾ, ਜੇ ਹਲਕੀਆਂ ਉਮਰਾਂ ਵਾ, ਕਿਸੇ ਦੀ 16 ਸਾਲ ਆ, ਕਿਸੇ ਦੀ 18 ਸਾਲ ਆ, ਕਿਸੇ ਦੀ 15 ਸਾਲ ਆ, ਇਹ ਜੇ ਆਪਣੀ ਰੀਜਨਲ ਖੁਰਾਕ ਖਾ ਕੇ ਰੀਜਨਲ ਕਬੱਡੀ ਖੇਡਣ ਜੀ, ਅਜੇ ਉਸ ਕੰਮ ਵੱਲ ਨਾ ਜਾਣ, ਜਦੋਂ ਉਸ ਕੰਮ ਵੱਲ ਜਾਣ ਜੋਗੇ ਹੋ ਜਾਂਦਾ ਉਸ ਕੰਮ ਵੱਲ ਵੀ ਚੱਲ ਜਾਣ ਜੀ। ਰੀਜਨਲ ਖੁਰਾਕ ਘੱਟ ਖਾਂਦੇ ਆ, ਕੱਛਾ ਪਾ ਕੇ ਗਰਾਊਂਡ 'ਚ ਵੜਦੇ ਆ, ਕੋਈ ਮਹੀਨਾ 2 ਮਹੀਨੇ ਹੁੰਦਾ, 2 ਮਹੀਨਿਆਂ ਬਾਅਦ ਭਾਅ ਜੀ ਕੁਛ ਸਾਨੂੰ ਵੀ ਆਹ ਸ਼ਾਇਦ ਦੇ ਦਿਉ, ਕੋਈ ਸਾਨੂੰ ਵੀ ਆਹ ਸ਼ਾਇਦ ਦੇ ਦਿਉ, ਸਾਨੂੰ ਵੀ ਆਹ ਸ਼ਾਇਦ ਦਿਉ, ਅਸੀਂ ਵੀ ਖਾਣੀ ਹੈ ਜੀ। ਇਹ ਸ਼ਾਇਦ ਜਲਦੀ ਨਹੀਂ, ਇਹਨਾਂ ਨੂੰ ਛੋਟੇ ਬੱਚਿਆਂ ਨੂੰ ਖਾਣੀ ਚਾਹੀਦੀ ਜੀ। ਭਾਜੀ ਉਹਨਾਂ ਮੈਂ ਝੂਠ ਮਾਰੀਏ, ਹਰ ਬੰਦਾ ਭਾਅ ਜੀ ਕਰਦਾ, ਕੋਈ ਵੀ ਬੰਦਾ ਨਹੀਂ ਭਾਅ ਜੀ ਸਾਫ਼ ਹੈਗਾ, ਹਰ ਬੰਦਾ ਹੀ ਕਰਦਾ। ਜਿੰਨੇ ਵੀ ਉਹਨਾਂ ਮੈਂ ਕੋਈ ਕਹਦੇ ਜੀ ਮੈਂ ਨਹੀਂ ਕੀਤੀ, ਜਾਂ ਮੈਂ ਜਾਂ ਗੋਲੀ ਨਹੀਂ ਖਾਦਾ, ਜਾਂ ਮੈਂ ਟੀਕਾ ਨਹੀਂ ਲਾਉਂਦਾ, ਜਾਂ ਮੈਂ ਇੰਜ ਨਹੀਂ ਕਰਦਾ, ਹਰ ਬੰਦਾ ਭਾਅ ਜੀ ਜਿੰਨੀ ਕਿਸੇ ਕੋਲ ਹੁੰਦੀ ਹਰ ਬੰਦਾ ਹੀ ਕਰਦਾ ਜੀ। ਮੈਂ ਉਹਨਾਂ ਵਿੱਚ ਝੂਠ ਮਾਰਦਾ, ਬਹਿ ਕੇ ਦਿਨ ਮੈਂ ਨਹੀਂ ਕਰਦਾ ਜੀ, ਮੈਂ ਇਸ ਗੱਲ ਦਾ ਹਲਫ ਦਿੰਦਾ ਮੈਂ ਨਹੀਂ ਕਰਦਾ, ਹਰ ਬੰਦੇ ਭਾਅ ਜੀ ਮੈਡੀਸਨ ਕਰਦਾ ਜੀ, ਮੈਂ ਵੀ ਕਰਦਾ ਜੀ, ਮੈਂ ਕਿਹਾ ਮੈਂ ਆਖਾਂ ਮੈਂ ਨਹੀਂ ਕਰਦਾ ਜੀ। ਹਰ ਬੰਦਾ ਜਿੰਨੇ ਹਰ ਬੰਦੇ ਮੈਡੀਸਨ ਖਾਂਦੇ ਆ ਜੀ, ਮੈਡੀਸਨ ਤੋਂ ਬਗੈਰ ਤਾਂ ਕਬੱਡੀ ਖੇਡਦੇ ਨਹੀਂ ਹੁਣ ਜੀ। ਹੁਣ ਆਪਾਂ ਜਿਹੜੀ ਕਬੱਡੀ ਨੂੰ ਉਤਲੇ ਲੈਵਲ ਤੱਕ ਲਿਆਉਣ ਵਾਸਤੇ ਵੀ ਜਾਣੀ ਕਿ ਇੱਕ ਟੂਰਨਾਮੈਂਟ ਹੁੰਦੇ ਨੇ ਕਲੱਬ ਲੈਵਲ ਦੇ, ਇੱਕ ਟੂਰਨਾਮੈਂਟ ਹੁੰਦੇ ਨੇ ਬੱਚਿਆਂ ਨੂੰ, ਆਪਾਂ ਕਿਸ ਤਰੀਕੇ ਨਾਲ ਜ਼ਿਆਦਾ ਉੱਪਰ ਲਿਆ ਸਕਦੇ ਹਾਂ, ਜਿਹੜੀ ਛੋਟੀ ਨਰਸਰੀ ਇਹਨੂੰ ਆਪਾਂ ਕਿੱਦਾਂ ਉੱਤੇ ਲੈ ਕੇ ਆ ਸਕਦੇ ਹਾਂ? ਛੋਟੀ ਨਰਸਰੀ ਭਾਅ ਜੀ ਉੱਤੇ ਇੰਝ ਹੀ ਆਉਣੀ ਆ, ਉਹਨਾਂ ਨੂੰ ਭਾਅ ਜੀ ਜ਼ਿਆਦਾ ਤੋਂ ਜ਼ਿਆਦਾ ਮੈਚ ਖਿਡਾਏ ਜਾਣ, ਜ਼ਿਆਦਾ ਤੋਂ ਜ਼ਿਆਦਾ ਟੂਰਨਾਮੈਂਟ ਖੇਡਣਗੇ, ਮੈਚ ਖੇਡਣਗੇ, ਜਿਵੇਂ ਜਿਵੇਂ ਮੈਚ ਖੇਡਣਗੇ ਉਹਨਾਂ ਦਾ ਉੱਦਾਂ ਉੱਦਾਂ ਝੱਕਾ ਲੱਥੂਗਾ, ਉੱਦਾਂ ਉੱਦਾਂ ਜਿਵੇਂ ਜਿਵੇਂ ਰਿਜ਼ਲਟ ਦੇਣਗੇ ਉੱਦਾਂ ਉੱਦਾਂ ਗਾਂਹ ਜਾਣਗੇ ਜੀ। ਅਸੀਂ ਉਹਨਾਂ ਹਿਸਾਬ ਰਹਿੰਦਾ ਪੇਂਡੋ ਟ੍ਰੇਨਿੰਗਾਂ ਕਰਦੇ ਰਹਿੰਦੇ ਆ, ਸਾਡੀਆਂ ਕਰਾਉਂਦੇ ਰਹਿੰਦੇ ਆ, ਜਦੋਂ ਕਿਤੇ ਮੈਚ ਦੀ ਵਾਰੀ ਹੁੰਦੀ ਆ ਮੈਚ, ਉਹ ਭਾਅ ਜੀ ਕਲੱਬ ਲੈਵਲ ਦਾ ਆ ਜਾਂਦਾ ਜੀ, ਅਸੀਂ ਸਾਰੇ ਬਾਹਰੋਂ ਮੁੰਡੇ ਪਾ ਕੇ ਸਾਰੇ ਇਕੱਠੇ ਕਰਕੇ ਬਾਹਰੋਂ ਪਾ ਕੇ ਅਸੀਂ ਉਹ ਮੈਚ ਭੁਗਤਾ ਲਈਦਾ। ਇੱਧਰੋਂ ਭਾਅ ਜੀ ਫਿਰ ਛੋਟੇ ਬੱਚਿਆਂ ਦਾ ਦਿਲ ਦੁਖਦਾ ਜੀ, ਦਿਲ ਟੁੱਟਦਾ ਵਾ, ਅਤੇ ਅਸੀਂ ਤਿਆਰੀ ਕਰਾਉਣ ਅਸੀਂ ਹਾਂ ਮੈਚ ਤੋਂ, ਤੁਹਾਨੂੰ ਪਤਾ ਫਿਰ ਜੇ ਛੋਟੇ ਬੱਚੇ ਮੈਚ 'ਤੇ ਜਾਂਦੇ ਆ, ਘਰੋਂ ਜਦੋਂ ਮੈਚ 'ਤੇ ਜਾਂਦੇ ਆ, ਮਾਂ ਪਿਓ ਘਰੋਂ ਦੱਸ ਦਿੰਦੇ ਅਸੀਂ ਮੈਚ 'ਤੇ ਚੱਲੇ ਹਾਂ, ਘਰਦਿਆਂ ਪੁੱਛਾਂਦਾ ਕਿੱਥੇ ਚੱਲੇ, ਘਰਦਿਆਂ ਦੱਸਦੇ ਅਸੀਂ ਮੈਚ 'ਤੇ ਚੱਲੇ ਹਾਂ, ਜਦੋਂ ਮੈਚ ਤੋਂ ਵਾਪਸ ਹੁੰਦੇ ਘਰ ਦੇ ਪੁੱਛਦੇ ਆਪਾਂ ਤਾਂ ਕਿੱਦਾਂ ਰਿਹਾ, ਕੋਈ ਜੱਫਾ ਵੀ ਲਾਇਆ, ਕੋਈ ਸਾਹ ਵੀ ਪਾਇਆ, ਜੇ ਕਿਸੇ ਨੂੰ ਕੋਈ ਪਾਇਆ ਹੁੰਦਾ ਉਹ ਦੱਸ ਦਿੰਦਾ, ਜੇ ਨਹੀਂ ਪਾਇਆ ਨਹੀਂ ਅਸੀਂ ਤਾਂ ਉੱਥੋਂ ਬਹਿ ਬੁਹ ਕੇ ਆ ਗਏ। ਤੁਹਾਨੂੰ ਪਤਾ ਫਿਰ ਘਰ ਦੇ ਕਿੰਨਾ ਕੁ ਚਿਰ ਇਸ ਤਰ੍ਹਾਂ ਵਿਹਲਿਆਂ ਨੂੰ ਬੰਦੇ ਨੂੰ ਖਿਡਾਉਣ ਜਾਂ ਕਿੰਨਾ ਚਿਰ ਖੁਰਾਕ ਦੇਣ ਜੀ, ਉਹ ਫਿਰ ਕੋਈ 6 ਮਹੀਨੇ ਸਾਲ ਡੇਢ ਸਾਲ ਵੇਖ ਕੇ ਆਪਣੇ ਆਪਣੇ ਕੰਮ ਧੰਦਾ ਡੱਬ ਪੈਂਦੇ ਕਰਨੇ ਜੀ। ਮੇਰਾ ਤਾਂ ਇਹੀ ਪੈਗਾਮ ਆ, ਛੋਟੇ ਬੱਚੇ ਜਿੰਨੇ ਵੀ ਆ ਉਹਨਾਂ ਨੂੰ ਉਹਨਾਂ ਦੇ ਟੂਰਨਾਮੈਂਟ ਜ਼ਿਆਦਾ ਹੋਇਆ ਕਰਨ ਜੀ, ਵੱਡਿਆਂ ਦੇ ਚਲੋ ਵੱਡੇ ਤਾਂ ਲੈਦਾ 4 ਕਲੱਬ ਆ, ਛੋਟਿਆਂ ਦੇ ਵੀ ਨਾਲ ਹੋਣੇ ਚਾਹੀਦੇ ਜੀ, ਛੋਟੇ ਬੰਦਿਆਂ ਨੂੰ ਜਿੰਨਾ ਮੌਕਾ ਮਿਲੂਗਾ ਉਨੇ ਭਾਅ ਜੀ ਉਹ ਤਾਂ ਜਾਣਗੇ ਜੀ, ਪਿੰਡ ਲੈਵਲ ਦੇ ਹੋ ਜਾਣ ਜਾਂ ਛੋਟੀਆਂ ਕਲੱਬ ਹੋ ਜਾਣ, ਲਾ ਲਓ ਛੋਟੇ ਲੈਵਲ ਜਿਹੜੇ ਮੁੰਡੇ ਉਹਨਾਂ ਦੇ ਕਲੱਬ ਬਣਾ ਕੇ ਉਹਨਾਂ ਦੇ ਮੈਚ ਹੋਣ, ਉਹ ਜਿੰਨੇ ਮੈਚ ਖੇਡਣਗੇ ਉਨੇ ਬੰਦ ਰਿਜ਼ਲਟ ਜ਼ਿਆਦਾ ਦੇਣਗੇ, ਉਹਨਾਂ ਜ਼ਿਆਦਾ ਸ਼ੋਅ ਹੋਣਗੇ ਜੀ। ਪਾਕਿਸਤਾਨ ਦੇ ਵਿੱਚ ਜਿਹੜੇ ਕਬੱਡੀ ਖੇਡਦੇ ਰੇਡਰ, ਇਹਨਾਂ ਦੇ ਵਿੱਚੋਂ ਆਪਣਾ ਕੋਈ ਫੇਵਰੇਟ ਰੇਡਰ ਜਿਹਨੂੰ ਪਤਾ ਕਹਿੰਦਾ ਯਾਰ ਬੜਾ ਬੜੀਆ ਵਧੀਆ ਕਬੱਡੀਆਂ ਪਾਉਂਦਾ ਮੁੰਡਾ ਜਿਹੜਾ, ਉਹ ਆਪਣਾ ਕੋਈ ਫੇਵਰੇਟ ਰੇਡਰ ਮੰਨਦਾ ਕਿਸੇ ਨੂੰ? ਫੇਵਰੇਟ ਰੇਡਰ ਭਾਅ ਜੀ ਇਸ ਟਾਈਮ ਦਾ ਹੁਣ ਕਹਿੰਦੇ ਜੋ ਜਿਹੜਾ ਇਸ ਟਾਈਮ ਹਾਜ਼ਰ ਮੌਕਾ ਰਿਜ਼ਲਟ ਦੇਣ ਡਿਆ ਉਹਦੀ ਗੱਲ ਕਰਦੇ ਜਾਂ ਜਿਹੜਾ ਸ਼ੁਰੂ ਤੋਂ ਆ ਰਿਹਾ? ਤੁਹਾਡੇ ਦਿਲ ਨੂੰ ਚੰਗਾ ਲੱਗਦਾ ਹੋਵੇ ਕਿ ਯਾਰ ਉਹ ਚਾਹੇ ਉਹ ਪੁਰਾਣਾ ਹੋ ਜਾਵੇ ਚਾਹੇ ਨਵਾਂ,
ਜਿਹੜਾ ਭਾਅ ਜੀ ਪਿੱਛੇ ਤੋਂ ਲਾ ਲਓ ਪੁਰਾਣਾ ਆ ਰਿਹਾ ਜੀ, ਉਹ ਤਾਂ ਭਾਅ ਜੀ ਆਪਣਾ ਹੀਰਾ ਵੱਟ ਹੈ ਜੀ। ਪਾਕਿਸਤਾਨ ਦੇ ਵਿੱਚ ਓਡਾ ਤਗੜਾ ਰੇਡਰ ਕੋਈ ਨਹੀਂ ਹੈ ਜਿੱਡਾ ਤਗੜਾ ਰੇਡਰ ਉਹ ਪਾਕਿਸਤਾਨ ਦੇ ਵਿੱਚ ਵੀ, ਬਾਹਰ ਕੈਨੇਡਾ ਦੇ ਵਿੱਚ ਵੀ ਬੜਾ ਤਗੜਾ ਰੇਡਰ ਹੈ ਜੀ ਉਹ। ਜੇ ਇਸ ਟਾਈਮ ਹਾਜ਼ਰ ਮੌਕੇ ਦੀ ਗੱਲ ਕਰੀਏ, ਜਿਹੜੇ ਇਸ ਟਾਈਮ ਮੈਚ ਦੇ ਰਿਜ਼ਲਟ ਦੇਣ ਡਿਆ ਜੀ, ਉਹ ਇਸ ਟਾਈਮ ਰਿਜ਼ਲਟ ਮੈਚ ਤੇ ਜ਼ਿਆਦਾ ਭਾਅ ਜੀ ਕਲੀਮੁੱਲਾ ਦੇਣ ਡਿਆ ਜੀ। ਆਪਣਾ ਪਾਕਿਸਤਾਨ ਦੇ ਵਿੱਚੋਂ ਫੇਵਰੇਟ ਜਾਫੀ ਜਿਹੜਾ ਜਿਹੜਾ ਲੱਗਦਾ ਹੋਵੇ ਯਾਰ, ਆ ਬਹੁਤ ਵਧੀਆ ਜਾਫੀ ਹੈ ਜੀ। ਫੇਵਰੇਟ ਜਾਫੀ ਭਾਅ ਜੀ ਪਿੱਛੇ ਜਿਹੜਾ ਹੈਗਾ ਸੀ, ਉਹਦੇ ਭਾਅ ਜੀ ਨੂੰ ਇੰਜਰੀ ਹੋਈ ਸੀ, ਸੱਟ ਲੱਗੀ, ਸੱਟ ਤੋਂ ਬਾਅਦ ਫਿਰ ਆਇਆ ਵਾ ਜੀ ਉਹ ਦੁਬਾਰਾ। ਅੱਲਾ ਖੈਰ ਕਰੇ, ਅੱਲਾ ਪਾਕ ਨੂੰ ਫਿੱਟ ਹੀ ਰੱਖੇ, ਦੁਬਾਰਾ ਆਇਆ ਜੀ ਭਾਅ ਜੀ ਉਹ ਗਰਾਊਂਡਾਂ ਦੇ ਵਿੱਚ, ਉਹ ਛਾਨੀ ਬਸਰਾ ਜੀ। ਉਹ ਮਾਸ਼ਾਅੱਲਾ ਬਹੁਤ ਸੋਹਣਾ ਲੱਗਦਾ ਮੈਨੂੰ ਖੇਡਦਾ ਜੀ, ਮਾਸ਼ਾਅੱਲਾ ਬੜਾ ਤਗੜਾ ਜੀ। ਅਤੇ ਜਿਹੜੇ ਇਸ ਟਾਈਮ ਭਾਅ ਜੀ ਰਿਜ਼ਲਟ ਦੇਣ ਡਏ ਆ ਬੰਦੇ ਜੀ, ਇਸ ਟਾਈਮ ਜਿਹੜੇ ਹਾਜ਼ਰ ਮੌਕਾ, ਉਹ ਦੋ ਤਿੰਨ ਬੰਦੇ ਹੈਗੇ ਜਿਹੜੇ ਇਸ ਟਾਈਮ ਭਾਅ ਜੀ ਪਵਾਇਣ ਕੱਢਣ ਡਏ ਆ ਜੀ। ਉਹ ਗੁਲਾਮ ਫਰੀਦ ਟੋਕਾ ਵਾ ਜੀ, ਨਫੀਸ ਗੁੱਜਰ ਆ ਜੀ, ਇਹ ਦੋ ਤਿੰਨ ਬੰਦੇ ਚੰਗਾ ਨੇ ਇਸ ਟਾਈਮ ਡਏ ਆ ਖੇਡਣ ਜੀ। ਚੜ੍ਹਦੇ ਪੰਜਾਬ ਦੇ ਵਿੱਚੋਂ ਰੇਡਰ ਕਿਹੜਾ ਵਧੀਆ ਲੱਗਦਾ ਆਪਾਂ ਨੂੰ? ਚੜ੍ਹਦੇ ਪੰਜਾਬ ਦੇ ਵਿੱਚ ਭਾਅ ਜੀ ਮੈਂ ਤਾਂ ਅੱਗੇ ਮੈਚ ਨਹੀਂ ਸੀ ਕਦੀ ਵੇਖੇ ਜੀ, ਐਰਕੀ ਮੈਚ ਮੈਂ ਵੇਖੇ ਆ ਜੀ, ਐੜਾ ਕੈਨੇਡਾ ਕੱਪ ਹੋਇਆ ਨਾ ਜੀ, ਉਹ ਐਰਕੀ ਮੈਂ ਦੇਖਿਆ ਵਾ ਜੀ। ਮਾਸ਼ਾਅੱਲਾ ਭਾਅ ਜੀ ਉਹ ਸਾਰੇ ਜਿੰਨੇ ਭਾਅ ਜੀ ਸਾਰੇ ਚੜ੍ਹਦੇ ਸੋ ਚੜ੍ਹਦੇ ਆ ਜੀ, ਉੱਥੇ ਬੰਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸੀ, ਉਹ ਸਾਰੇ ਵਧੀਆ ਜੀ। ਮਾਸ਼ਾਅੱਲਾ ਮਿਹਨਤ ਵੀ ਚੰਗੀ ਕਰਦੇ ਉਹ ਸਾਰੇ ਬੰਦੇ, ਵੱਧ ਸੋ ਵੱਧ ਜਿੱਦਾਂ ਆਉਂਦੇ ਨਾ, ਹਰ ਬੰਦ ਚੜ੍ਹਦੇ ਸੋ ਚੜ੍ਹਦਾ ਜੀ, ਜਿਹੜਾ ਪੰਨਾ ਉਹੀ ਲਾਲ ਆ ਜੀ, ਉਹ ਹਿਸਾਬ ਉਹ ਜਿਹੜੇ ਨੂੰ ਭਾਅ ਜੀ ਵੇਖੋਗੇ ਉਹੀ ਬੰਦਾ ਚੜ੍ਹਾਈ ਚਾਹੇ, ਜਿਹੜੇ ਨੂੰ ਵੇਖੋਗੇ ਉਹੀ ਭਾਅ ਜੀ ਤਗੜਾ ਵਾ ਜੀ। ਅੱਛਾ ਹੁਣ ਆਪਣੇ ਮਨ ਦੇ ਵਿੱਚ ਇਹ ਚੀਜ਼ ਹੈ ਕਿ ਮੈਂ ਜਲਦੀ ਤੋਂ ਜਲਦੀ ਫਿੱਟ ਹੋਵਾਂ ਅਤੇ ਉਹਨਾਂ ਗਰਾਊਂਡਾਂ ਦੇ ਵਿੱਚ ਜਾ ਕੇ ਕਬੱਡੀ ਖੇਡਾਂ? ਇਨਸ਼ਾਅੱਲਾ ਭਾਅ ਜੀ ਬੜਾ ਸ਼ੌਕ ਆ ਜੀ, ਇਹ ਅੱਲਾ ਪਾਕ ਨੇ ਪੂਰਾ ਕਰਨਾ ਜੀ, ਇਨਸ਼ਾਅੱਲਾ ਤਾਲਾ ਆਪਣਾ ਭਾਅ ਜੀ ਬੜਾ ਖਵਾਇਸ਼ ਆ ਜੀ, ਰੱਬ ਦੇ ਅੱਗੇ ਦੁਆ ਕਰੇ ਦੀ ਅੱਲਾ ਪਾਕ ਖੈਰ ਕਰੇ ਜੀ, ਮਿਹਨਤ ਕਰਨੇ ਆ ਜੀ ਅੱਲਾ ਪਾਕ। ਜੇ ਉਹ ਵਕਤਾਂ ਵਿੱਚ ਹੋਇਆ ਭਾਅ ਜੀ, ਨਸੀਬਾਂ 'ਚ ਹੋਇਆ ਤਾਂ ਅੱਲਾ ਪਾਕ ਲੈ ਜੂਗਾ, ਜੇ ਨਾ ਹੋਇਆ ਤਾਂ ਭਾਅ ਜੀ ਨਹੀਂ ਜਾ ਸਕਦੇ ਜੀ। ਅੱਲਾ ਪਾਕ ਨੇ ਕਰਨਾ ਜੋ ਵੀ ਕਰਨਾ ਜੀ, ਅੱਲਾ ਪਾਕ ਦੇ ਅੱਗੇ ਧਾ ਕੇ ਤੁਰੇ ਹਾਂ ਜੀ, ਆਪੇ ਅੱਲਾ ਪਾਕ ਸੁਣੋਗੇ ਜੀ। ਹੁਣ ਅੱਗੇ ਤੀਸਰੇ ਮਹੀਨੇ ਦੀ 10 ਤਰੀਕ ਜਿਹੜੀ ਹੈਗੀ ਆ, ਉਹ ਨਨਕਾਣਾ ਕੱਪ ਦੀ ਜਿਹੜੀ ਆ ਉਹ ਲਾਂਚ ਹੋ ਗਈ ਹੋਈ ਆ ਹਾਊਸ ਆਫ ਟਾਇਰ ਵੱਲੋਂ, ਉਸਤਾਦ ਗੁਲਾਮ ਬਾਸ ਬੱਟ ਹੁਣਾਂ ਉਹ ਕਰ ਛੱਡੀਏ, ਅਤੇ ਉਹਦੇ ਵਿੱਚ ਤੁਸੀਂ ਇਨਸ਼ਾਅੱਲਾ ਖੇਡੋਗੇ ਕਿ? ਇਨਸ਼ਾਅੱਲਾ ਭਾਅ ਜੀ ਕੋਸ਼ਿਸ਼ ਪੂਰੀ ਹੈ ਜੀ, ਅੱਲਾ ਦੇ ਹੁਕਮ ਨਾਲ ਜੀ, ਕੋਸ਼ਿਸ਼ ਭਾਅ ਜੀ ਪੂਰੀ ਆ ਜੀ। ਅੱਲਾ ਪਾਕ ਨੇ ਜੇ ਕੋਸ਼ਿਸ਼ ਪੂਰੀ ਕਰ ਦਿੱਤੀ ਫਿਰ ਇਨਸ਼ਾਅੱਲਾ ਭਾਅ ਜੀ ਖੇਡਾਂਗੇ, ਉਮੀਦ ਤਾਂ ਬੜੀ ਆ, 100 ਚੋਂ 100% ਉਮੀਦ ਇਨਸ਼ਾਅੱਲਾ ਖੇਡਾਂਗੇ ਜੀ। ਅੱਛਾ ਜਦੋਂ ਤੁਹਾਡੇ ਇੰਜਰੀ ਹੋ ਗਈ ਆ, ਤੁਹਾਨੂੰ ਪਤਾ ਲੱਗਾ ਕਿ ਯਾਰ ਆ ਮੇਰੀ ਸੱਟ ਥੋੜ੍ਹੀ ਵੱਡੀ ਹੋ ਗਈ ਆ, ਫਿਰ ਉਸਤਾਦ ਹੁਣਾਂ ਤੁਹਾਨੂੰ ਕਿੰਨਾ ਕੁ ਹੌਂਸਲਾ ਦਿੱਤਾ ਸੀ, ਕੀ ਤੁਹਾਨੂੰ ਦੱਸਿਆ ਸੀਗਾ? ਹੌਂਸਲਾ ਭਾਅ ਜੀ ਬਥੇਰਾ ਦਿੱਤਾ ਸੀ, ਉਸਤਾਦ ਨੇ ਦਿੱਤਾ ਸੀ, ਘਰਦਿਆਂ ਵੀ ਦਿੱਤਾ ਸੀ, ਮੁੰਡਿਆਂ ਵੀ ਦਿੱਤਾ ਸੀ। ਜਦੋਂ ਉਹੀ ਮੈਂ ਇਸ ਤਰ੍ਹਾਂ ਪਹਿਲੇ ਨਾ ਲੈ ਕੇ ਤੁਰਾ ਫਿਰਦਾ ਰਿਹਾ ਜੀ, ਹਾਂਜੀ ਕੋਈ ਆਪਣਾ ਲਾ ਲਓ ਅਤੇ ਉਹ ਰਿਪੋਰਟ ਕਰਦਾ ਰਿਹਾ ਜੀ। ਜਦੋਂ ਉਹ ਰਿਪੋਰਟ 'ਤੇ ਨਾ ਪਤਾ ਲੱਗਾ ਨਹੀਂ ਸਹੀ ਹੋਇਆ ਜੀ, ਮੈਂ ਮੁੜ ਕੇ ਡਾਕਟਰ ਬਿੰਦਾ ਇੱਥੇ ਆ ਲੈਟ ਮੋੜ 'ਤੇ ਜੀ, ਮੈਂ ਉਹਨੂੰ ਚੈੱਕ ਕਰਾਇਆ ਜੀ, ਫਿਜ਼ੀਓਥਰੈਪੀ ਕਰਾਉਣ ਵਾਸਤੇ ਗਿਆ। ਜਦੋਂ ਉਹਨੂੰ ਚੈੱਕ ਕਰਾਇਆ ਉਹਨੇ ਕਿਹਾ ਤੇਰਾ ਪੱਠਾ ਟੁੱਟਾ ਜੀ। ਉਸ ਟਾਈਮ ਤਾਂ ਹਾਜ਼ਰ ਮੌਕਾ ਭਾਅ ਜੀ ਬੜੀ ਪਰੇਸ਼ਾਨੀ ਆਈ ਸੀ, ਬੜੀ ਟੈਨਸ਼ਨ ਲੱਗੀ ਸੀ ਯਾਰ, ਆਹ ਕੀ ਮਸਲਾ ਬਣ ਗਿਆ, ਇਹ ਤਾਂ ਬੜੀ ਲੰਮੀ ਸੱਟ ਲੱਗ ਗਈ। ਉੱਪਰ ਆਸਤਾ 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 ਫਿਰ ਦਿਲ ਨੂੰ ਸਮਝਾਉਣਾ ਪਿਆ ਜੀ, ਨਾਲ ਮੁੰਡਿਆਂ ਨੇ ਹੌਂਸਲਾ ਦਿੱਤਾ, ਨਾਲ ਉਸਤਾਦ ਨੇ ਹੌਂਸਲਾ ਦਿੱਤਾ, ਕੋਈ ਨਹੀਂ ਖੈਰ ਉਹਨੂੰ ਕਿ ਖੇਡਦੇ ਹਾਂ, ਸੱਟ ਪੇੜ ਤਾਂ ਲੱਗਦੀ ਰਹਿੰਦੀ ਹੈ ਜੀ। ਉਹ ਫਿਰ ਆਸਤਾ 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 ਕੋਈ ਅੱਲਾ ਪਾਕ ਨੇ ਹੌਂਸਲਾ ਦੇ ਦਿੱਤਾ ਜੀ। ਅੱਛਾ ਕਬੱਡੀ ਦੇ ਵਿੱਚ ਆਪਣੇ ਜਿਹੜੇ ਯਾਰ ਦੋਸਤ ਆ, ਆਪਣਾ ਕੋਈ ਤਲਕ ਫਰੈਂਡਸ ਉਹ ਹੈਗੇ ਨੇ? ਹਾਂਜੀ ਕਬੱਡੀ ਦੇ ਵਿੱਚ ਭਾਅ ਜੀ ਤਰ੍ਹਾਂ ਜੀ ਆਪਣੇ ਯਾਰ ਦੋਸਤ ਭਾਅ ਜੀ ਕਬੱਡੀ ਵਾਲੇ ਆ ਜੀ, ਕਬੱਡੀ ਵਾਲੇ ਤੋਂ ਇਲਾਵਾ ਕੋਈ ਨਹੀਂ ਗਾ, ਜਾਂ ਕਬੱਡੀ ਵਾਲੇ ਆਪਣੇ ਯਾਰ ਦੋਸਤ ਜਾਂ ਕਬੱਡੀ ਯਾਰ ਦੋਸਤ ਆ ਜੀ, ਬਸ ਇਸ ਤੋਂ ਇਲਾਵਾ ਹੋਰ ਭਾਅ ਜੀ ਕੋਈ ਨਹੀਂ ਮੇਰਾ ਯਾਰ ਦੋਸਤ ਹੈਗਾ। ਮੈਂ ਤੁਹਾਨੂੰ ਕਹਾਂ ਮੇਰਾ ਫਲਾਣਾ ਵੀ ਹੈਗਾ, ਫਲਾਣਾ ਵੀ ਹੈਗਾ, ਬਸ ਵਾਲੇ ਆਪਣੇ ਨਾਲ ਕਬੱਡੀ ਮੁੰਡੇ ਖੇਡਦੇ ਆ ਜੀ ਆਪਣੇ ਗਰਾਊਂਡ ਵਾਲੇ ਜੀ, ਇਹ ਯਾਰ ਦੋਸਤ ਆ ਮੇਰੇ। ਹਾਊਸ ਆਫ ਟਾਇਰ ਵੱਲੋਂ ਆਪਾਂ ਨੂੰ ਕਿੰਨੀ ਦੇਰ ਹੋ ਗਈ ਕਬੱਡੀ ਖੇਡਦੇ? ਹਾਊਸ ਆਫ ਟਾਇਰ ਵੱਲੋਂ ਭਾਅ ਜੀ ਮੈਨੂੰ ਤਕਰੀਬਨ 2000 ਭਾਅ ਜੀ 19 ਦਾ ਮੈਂ ਉੱਧਰੋਂ ਖੇਡਣਾ ਸ਼ੁਰੂ ਕੀਤਾ ਜੀ। ਪਹਿਲਾ ਮੈਚ ਮੈਂ ਉਹਨਾਂ ਨੂੰ ਖੇਡਿਆ ਸੀ ਇੱਥੇ, ਸਾਡਾ RPO ਕੱਪ ਵੀ ਹੋਇਆ ਜੀ ਸਟੇਡੀਅਮ ਵਿੱਚ, ਇਹ ਮੈਂ ਭਾਅ ਜੀ ਪਹਿਲਾਂ ਖੇਡਿਆ ਸੀ, ਉਦੋਂ ਦਾ ਸ਼ੁਰੂ ਹੋਇਆ ਜੀ ਮੈਂ 2019 ਤੋਂ ਸ਼ੁਰੂ ਕੀਤਾ ਇਸ ਕਲੱਬ ਵੱਲੋਂ ਜੀ। ਅੱਛਾ ਆਪਣੇ ਪਾਕਿਸਤਾਨ ਦੇ ਵਿੱਚ ਤਕਰੀਬਨ ਮਾਸ਼ਾਅੱਲਾ ਸਾਰੇ ਟੂਰਨਾਮੈਂਟ ਜਿਹੜੇ ਹੁੰਦੇ ਨੇ ਤੁਸੀਂ ਖੇਡੇ ਨੇ ਵੱਡੇ ਵੱਡੇ, ਅੱਛਾ ਕਿਹੜਾ ਟੂਰਨਾਮੈਂਟ ਜਿਹੜਾ ਆਪਾਂ ਵਧੀਆ ਲੱਗਦਾ ਖੇਡਣਾ ਕਿ ਯਾਰ ਆਹ ਟੂਰਨਾਮੈਂਟ ਜਿਹੜਾ ਨਾ ਇਹਨਾਂ ਦੀ ਮੈਨੇਜਮੈਂਟ ਵੀ ਬਹੁਤ ਚੰਗੀ ਹੁੰਦੀ ਆ, ਔਰ ਇੱਥੇ ਜਿਹੜਾ ਖਿਡਾਰੀਆਂ ਦਾ ਪੂਰਾ ਮੁੱਲ ਪੈਂਦਾ ਗਰਾਊਂਡ ਆਉਣ ਦਾ ਵੀ, ਉਹ ਐਸਾ ਟੂਰਨਾਮੈਂਟ ਆਪਣਾ ਕਿਹੜਾ ਹੈ ਜਿਹਨੂੰ ਤੁਸੀਂ ਕਹਿੰਦੇ ਬਹੁਤ ਵਧੀਆ ਲੱਗਦਾ? ਉਹ ਭਾਅ ਜੀ ਟੂਰਨਾਮੈਂਟ ਇੱਕ ਦੋ ਤਿੰਨ ਭਾਅ ਜੀ ਹੋਣ ਡੇ ਆ ਜੀ,
ਇੱਕ ਭਾਜੀ ਆ 247 ਮਿਆਣੀ ਵਾਲੇ ਕਰਾਉਂਦੇ ਆ ਜੀ, ਉਹ ਵੀ ਮਾਸ਼ਾਅੱਲਾ। ਅੱਛਾ ਵੈਸ ਬਾਈ, ਹੁਣ ਆਪਾਂ ਤੁਹਾਨੂੰ ਲਾਸਟ ਤੇ ਪੁੱਛਾਂਗੇ, ਸਾਨੂੰ ਨਾ ਚੈਨਲ ਦੇ ਉੱਤੇ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਕਿ ਯਾਰ ਅਵੈਸ ਬਾਈ ਦਾ ਇੰਟਰਵਿਊ ਕਰੋ, ਔਰ ਤੁਹਾਡੇ ਵਾਸਤੇ ਦੁਆਵਾਂ ਵੀ ਬਹੁਤ ਕਰਦੇ ਨੇ ਉਹ ਆਪਣੇ ਜਿਹੜੇ ਤੁਹਾਨੂੰ ਮੁਹੱਬਤ ਕਰਨ ਵਾਲੇ ਚਾਹਣ ਵਾਲੇ ਨੇ, ਅਤੇ ਉਹ ਉਹਨਾਂ ਦੇ ਵਾਸਤੇ ਤੁਸੀਂ ਕੀ ਮੈਸੇਜ ਦਿਓਗੇ? ਉਹਨਾਂ ਵਾਸਤੇ ਮੇਰਾ ਵੀਰੇ ਮੈਸੇਜ ਇਹੀ ਆ, ਜਿੰਨੇ ਵੀ ਮੇਰੇ ਫਰੈਂਡ ਆ, ਜਿੰਨੇ ਵੀ ਮੇਰੇ ਚਾਹੁਣ ਵਾਲੇ ਆ, ਜਿੰਨੇ ਮੈਨੂੰ ਪਿਆਰ ਕਰਦੇ, ਮੈਂ ਉਹਨਾਂ ਨੂੰ ਭਾਈ ਮੇਰਾ ਇਹੀ ਸਵਾਲ ਉਹਨਾਂ ਵਾਸਤੇ, ਮੇਰੇ ਵਾਸਤੇ ਦੁਆ ਕਰਿਓ, ਅੱਲਾ ਪਾਕ ਮੈਨੂੰ ਜਲਦ ਤੋਂ ਜਲਦ ਫਿੱਟ ਕਰੇ ਜੀ, ਛੇਤੀ ਤੋਂ ਛੇਤੀ ਮੈਨੂੰ ਗਰਾਊਂਡਾਂ 'ਚ ਲੈ ਕੇ ਆਵੇ ਜੀ। ਮੈਂ ਤੁਹਾਨੂੰ ਇਹੀ ਉਹਨੇ ਮੇਰੇ ਵਾਸਤੇ ਬਸ ਦੁਆ ਕਰਿਓ, ਜਿੰਨੇ ਮੇਰੇ ਚਾਹੁਣ ਵਾਲੇ, ਜਿੰਨੇ ਮੇਰੇ ਫੈਨ ਆ ਜੀ, ਜਿੰਨੇ ਮੇਰੇ ਨਿੱਕੇ ਆ ਛੋਟੇ, ਜਿੰਨੇ ਮੇਰੇ ਭਰਾ 'ਚ ਫੈਨ ਆ ਮੇਰੇ ਜੀ, ਮੇਰੇ ਹੱਕ ਨਾਲ ਦੁਆ ਕਰਿਓ ਜੀ। ਲਓ ਵੈਸ ਬਾਈ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਕੀਮਤੀ ਵਕਤ ਦੇ ਵਿੱਚੋਂ ਟਾਈਮ ਕੱਢਿਆ ਔਰ ਅੱਜ ਸਾਡੇ ਯੂਟਿਊਬ ਚੈਨਲ ਨੂੰ ਵੀ ਟਾਈਮ ਦਿੱਤਾ, ਸੋ ਬਹੁਤ ਜ਼ਿਆਦਾ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ। ਠੀਕ ਹੋ ਗਿਆ ਲਓ ਵੀਰ ਜੀ, ਅੱਜ ਆਪਾਂ ਤੁਹਾਨੂੰ ਪਤਾ ਕਿ ਪਹੁੰਚੇ ਸੀ ਬੈਸ ਕਿੰਗ ਦੇ ਕੋਲ, ਔਰ ਇਨਸ਼ਾਅੱਲਾ ਬਾਈ ਤੁਹਾਨੂੰ ਪਤਾ ਕਿ ਵੱਖ ਵੱਖ ਖਿਡਾਰੀਆਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਕਰਾਉਂਦੇ ਹੁੰਦੇ ਹਾਂ ਆ ਪੰਜਾਬੀ ਲਹਿਰ ਯੂਟਿਊਬ ਕਬੱਡੀ ਚੈਨਲ, ਜਿਹਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰੋ ਔਰ ਨਾਲ ਹੀ ਬੈੱਲ ਦੇ ਜਿਹੜੇ ਆਈਕੋਨ ਨੂੰ ਜ਼ਰੂਰ ਦਬਾਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਬਰ ਵਕਤ ਤੁਹਾਨੂੰ ਮਿਲਦਾ ਰਹੇ। ਸੋ ਜੀਂਦੇ ਵਸਦੇ ਰਹੋ।